ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਅਮਰਜੋਤ ਸਿੰਘ ਬੋਲ ਰਿਹਾ ਐਡਮਿੰਟਨ ਐਲਬਰਟਾ ਤੋਂ। ਮੇਰੇ ਨਾਲ ਜੁੜੇ ਹੋਏ ਹੈ ਵਿਕਰਮ ਵਿੱਚ, ਜਿਹੜੇ ਰੀਸੈਂਟਲੀ ਇੰਡੀਆ ਤੋਂ ਆਏ ਹੋਏ ਹੈ ਸਪਾਊਸ ਵੀਜ਼ੇ ਤੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਕੀ ਐਕਸਪੀਰੀਅੰਸ ਹੈ ਉਹਨਾਂ ਦਾ ਇੰਡੀਆ ਤੋਂ ਚੱਲਣ ਵੇਲੇ ਤੇ ਇੱਥੇ ਮੋਂਟਰੀਅਲ। ਮੋਂਟਰੀਅਲ ਆਏ ਹੋ ਮੇਰੇ ਖਿਆਲ ਵਿਕਰਮ, ਹਾਂਜੀ 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 ਸਰ ਮੋਂਟਰੀਅਲ, ਮੋਂਟਰੀਅਲ ਏਅਰਪੋਰਟ। ਤੇ ਉਹਦੇ ਬਾਅਦ ਫਿਰ ਜਿਹੜੇ ਇਹਨਾਂ ਦੇ ਪਹਿਲਾਂ ਵੀ ਰਿਫਿਊਜ਼ਲ ਲੱਗੇ ਸੀ ਇੱਕ ਦੋ ਵਾਰ ਸ਼ਾਇਦ, ਉਹਦੇ ਹਾਂਜੀ ਬਾਰੇ ਹਾਂਜੀ ਅੱਜਕੱਲ੍ਹ ਦੇਖਦੇ ਹਾਂ, ਤਫਸੀਲ ਕਰਦੇ ਹਾਂ ਕਿ ਵੀ ਕੀ ਹੋਇਆ ਕਿਸ ਤਰ੍ਹਾਂ ਹੋਇਆ। ਵਿਕਰਮ ਪਹਿਲੀ ਗੱਲ ਇਹ ਦੱਸੋ ਕਿ ਕਿਹੜੀ ਤਰੀਕ ਨੂੰ ਪਹੁੰਚੇ ਕੈਨੇਡਾ? ਸਰ 21 ਨੂੰ 21 ਨੂੰ। ਕਿਸ ਤਰ੍ਹਾਂ ਰਿਹਾ ਤੁਹਾਡਾ ਜਿਹੜਾ ਵੈਲਕਮ ਕੀਤਾ ਉਹਨਾਂ ਨੇ ਜੋ ਏਅਰਪੋਰਟ ਤੇ ਪੁੱਛਦੇ ਆ, ਉਹਦੇ ਬਾਰੇ ਦੱਸੋ ਕੀ ਪੁੱਛਦੇ ਆ ਮੋਂਟਰੀਅਲ। ਮੈਂ ਸੁਣਿਆ ਮੋਂਟਰੀਅਲ ਏਅਰਪੋਰਟ ਵਾਲੇ ਥੋੜਾ ਜ਼ਿਆਦਾ ਕੋਈ ਸਵਾਲ ਪੁੱਛਦੇ ਆ ਬਾਕੀ ਟੋਰਾਂਟੋ ਤੋਂ ਜ਼ਿਆਦਾ ਸ਼ਾਇਦ। ਸੋ ਤੁਹਾਡੇ ਬਾਰੇ ਕੀ ਉਹਨਾਂ ਨੇ ਤੁਹਾਨੂੰ ਕੁਝ ਪੁੱਛਿਆ, ਕੋਈ ਕਿਸ ਤਰ੍ਹਾਂ ਇਨਕੁਆਇਰੀ ਕੀਤੀ? ਮੇਰੀ ਇਮੀਗ੍ਰੇਸ਼ਨ ਟੋਰਾਂਟੋ ਹੀ ਹੋਈ ਹੈ ਜੀ। ਓਕੇ ਹਾਂਜੀ, ਤੇ ਮੈਨੂੰ ਸਵਾਲ ਜਵਾਬ ਖੈਰ ਕੀਤੇ ਉਹਨਾਂ ਨੇ ਜੀ, ਕਾਫੀ ਕੀਤੇ ਜੀ। ਉਹਨਾਂ ਨੇ ਮੈਨੂੰ ਫੋਟੋ, ਮੈਰਿਜ ਫੋਟੋਜ਼ ਦੇ ਬਾਰੇ ਵੀ ਕਿਹਾ ਕਿ ਦਿਖਾ ਆਪਣੀਆਂ। ਅੱਛਾ ਹਾਂਜੀ ਹਾਂਜੀ, ਉਹਨਾਂ ਨੇ ਮਤਲਬ ਵੀਜ਼ਾ ਆਫੀਸਰ ਨੇ ਮੈਨੂੰ ਕਿਹਾ ਕਿ ਪਹਿਲਾਂ ਮੈਨੂੰ ਪ੍ਰੂਵ ਕਰਕੇ ਤੂੰ ਇਸ ਕੁੜੀ ਨਾਲ ਵਿਆਹਿਆ ਹੋਇਆ। ਓਕੇ, ਹੋਲਡ ਹੋਲਡ ਕਰ ਜਾਓ ਜਰਾ, 1 ਸੈਕਿੰਡ ਹੋਲਡ ਕਰ ਜਾਓ। ਸੋ ਤੁਹਾਨੂੰ ਸਪਾਊਸ ਵੀਜ਼ਾ ਦਿੱਲੀ ਤੋਂ ਇਸ਼ੂ ਹੋ ਚੁੱਕਿਆ ਸੀਗਾ, ਤੇ ਹਾਂਜੀ ਉਹ ਸਾਰੀ ਸ਼ਨਾਖਤ, ਉਹ ਸਾਰੀ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ ਹੋ ਚੁੱਕੀ ਹੈ। ਸੋ ਇੱਥੇ ਏਅਰਪੋਰਟ ਤੇ ਆ ਕੇ ਵੀ ਇਮੀਗ੍ਰੇਸ਼ਨ ਅਫਸਰ ਨੇ ਤੁਹਾਡੇ ਤੇ ਸ਼ੱਕ ਕੀਤਾ ਕਿ ਵੀ ਮੈਰਿਜ ਤੁਹਾਡੀ ਜੈਨੂਇਨ ਹੈ ਕਿ ਨਹੀਂ? ਹਾਂਜੀ ਸਰ, ਉਹ ਅੱਛਾ ਕਹਿੰਦੇ ਮੈਰਿਜ ਦਾ ਪ੍ਰੂਫ ਸਾਨੂੰ ਦਿਖਾਓ ਕੀ ਹੈ ਤੁਹਾਡੇ ਕੋਲ। ਓਕੇ ਮੈਂ ਮੈਰਿਜ ਸਰਟੀਫਿਕੇਟ ਦਿੱਤਾ ਉਹਨਾਂ ਨੂੰ, ਉਹ ਕਹਿੰਦੇ ਕਿ ਇਸ ਤੋਂ ਇਲਾਵਾ ਕੀ ਹੈ ਤੁਹਾਡੇ ਕੋਲ। ਅੱਛਾ ਹਾਂਜੀ, ਓਕੇ ਤੇ ਦੈਨ ਮੈਂ ਉਹਨਾਂ ਨੂੰ ਆਪਣਾ, ਮੈਂ ਕਿਹਾ ਫੋਟੋਗ੍ਰਾਫਸ, ਕਹਿੰਦੇ ਦਿਖਾਓ। ਤੋ ਸਨ ਮੈਨੂੰ ਕਿਆ ਦਿੱਕਤ ਹੋਈ ਕਿ ਵੀ ਮੇਰੇ ਮੈਨੂੰ ਮੇਰੀ ਵਾਈਫ ਨਾਲ ਸੈਪਰੇਟ ਹੋਇਆ ਨੂੰ 2 ਸਾਲ ਹੋ ਗਏ ਸੀ। ਓਕੇ ਸੋ 2 ਸਾਲ ਪੁਰਾਣੀਆਂ ਫੋਟੋਜ਼ ਜਿਹੜੀਆਂ ਸੀ ਉਹ ਮੈਂ ਫੋਨ ਦੇ ਵਿੱਚ ਲੱਭਣੀਆਂ ਸ਼ੁਰੂ ਕੀਤੀਆਂ। ਮੇਰੇ ਫੋਨ ਦੇ ਵਿੱਚ ਮੋਰ ਦੈਨ 6,000 ਫੋਟੋ ਸੀਗੀਆਂ ਜੀ। ਓਕੇ ਤੋ ਉਹ ਮੈਂ ਲੱਭ ਰਿਹਾ ਸੀ ਤੇ ਮੈਨੂੰ ਵੀਜ਼ਾ ਆਫੀਸਰ ਕਹਿੰਦਾ ਕਿ ਤੂੰ 2,500 ਤੋਂ ਉੱਤੇ ਫੋਟੋ ਨੂੰ ਫਰੋਲ ਚੁੱਕਿਆ ਤੇ ਤੈਨੂੰ ਤੇਰੀ ਵਾਈਫ ਦੇ ਨਾਲ ਤੇਰੀ ਕੋਈ ਫੋਟੋ ਨਹੀਂ ਹੈ ਤੇਰੇ। ਅੱਛਾ ਹਾਂਜੀ, ਮੈਂ ਕਿਹਾ ਨਹੀਂ, ਵੇਟ ਵੀ ਮੈਨੂੰ 2 ਸਾਲ ਹੋ ਗਏ ਸੈਪਰੇਟ ਹੋਇਆ ਨੂੰ, ਹੁਣ ਮੇਰੀ ਜੁਆਇੰਟ ਫੋਟੋਜ਼ ਜਿਹੜੀਆਂ ਨੇ ਉਹ ਪਿੱਛੇ ਨੇ ਫੋਨ ਦੇ ਤੇ ਮੈਨੂੰ ਕੱਢ ਲੈਂਦੇ। ਕਹਿੰਦਾ ਓਕੇ, ਕਹਿੰਦਾ ਕੱਢ। ਮੈਂ ਕਿਹਾ ਵੀ ਮੇਰੀ ਬਈ ਤੁਸੀਂ ਮੇਰੀ ਵਾਈਫ ਨਾਲ ਦੇਖਣੀਆਂ ਮੇਰੀਆਂ ਫੋਟੋਜ਼ ਕਿ ਇਕੱਲੀਆਂ ਮੇਰੀ ਵਾਈਫ ਦੀਆਂ ਹੀ ਦੇਖਣੀਆਂ ਮੇਰੇ ਫੋਨ ਦੇ ਵਿੱਚ? ਤਾਂ ਮੈਂ ਕਿਹਾ ਉਹ ਤਾਂ ਬਹੁਤ ਨੇ। ਕਹਿੰਦੇ ਨਹੀਂ, ਤੇਰੀ ਵਾਈਫ ਨਾਲ ਹੀ ਚਾਹੀਦੀਆਂ ਸਾਨੂੰ, ਬਈ ਤੇਰੀ ਤੇ ਵਾਈਫ ਦੀਆਂ ਜੁਆਇੰਟ। ਸੋ ਮੈਂ ਉਹ ਫੋਟੋਜ਼ ਕੱਢੀਆਂ ਉਹਨਾਂ ਨੂੰ, ਮੈਨੂੰ 2-3 ਮਿਲ ਗਈਆਂ ਫੋਟੋਜ਼ ਆਖਿਰ ਤੇ। ਤੋ ਮੈਂ ਉਹਨਾਂ ਨੂੰ ਸਰ ਦਿਖਾਇਆ ਜਦੋਂ, ਤੇ ਉਹ ਕਹਿੰਦੇ 2-3 ਦੇਖ ਕੇ ਫੋਟੋ ਸਵਾਈਪ ਕੀਤੀਆਂ, ਤੇ ਨੈਕਸਟ ਫੋਟੋ ਮੇਰੀ ਮੇਰੀ ਸਿਸਟਰ ਨਾਲ ਆ ਗਈ, ਕਜ਼ਨ ਯਾ ਸਿਸਟਰ ਨਾਲ ਆ ਗਈ। ਤੇ ਮੈਨੂੰ ਕਹਿੰਦੇ ਇਹ ਕੌਣ ਹੈ? ਮੈਂ ਕਿਹਾ ਮੇਰੀ ਕਜ਼ਨ ਸਿਸਟਰ ਹੈ ਜੀ। ਕਹਿੰਦੇ ਦੈਨ ਕਹਿੰਦੇ ਤੂੰ ਮੈਰਿਜ ਦੀਆਂ ਫੋਟੋਜ਼ ਦਿਖਾ ਸਾਨੂੰ ਕਹਿੰਦੇ। ਯਾ ਤੋ ਮੈਂ ਕਿਹਾ ਵੀ ਮੈਨੂੰ ਨਾ ਥੋੜ੍ਹਾ ਜਿਹਾ ਟਾਈਮ ਦਿਓ, ਤੇ ਟਾਈਮ ਚਾਹੀਦਾ। ਕਹਿੰਦੇ ਤੈਨੂੰ ਟਾਈਮ ਚਾਹੀਦਾ ਕਾਹਦੇ ਵਾਸਤੇ? ਤੇ ਮੈਂ ਕਿਹਾ ਵੀ ਮੇਰੇ ਵੀ ਇੰਟਰਨੈਟ ਅਸੈਸ ਕਰਨ ਦਿਓ ਮੈਨੂੰ, ਤੇ ਮੈਂ ਜਿਹੜਾ ਹੈਗਾ ਮੇਰੀ ਜੀਮੇਲ ਦੇ ਵਿੱਚ ਵੀ ਫੋਟੋਜ਼ ਪਈਆਂ ਨੇ ਮੈਰਿਜ ਦੀਆਂ, ਮੈਂ ਤੁਹਾਨੂੰ ਪ੍ਰੂਫ ਕਰਕੇ ਵੀ ਕੱਢ ਕੇ ਦਿੰਦਾ ਉਹ। ਕਹਿੰਦੇ ਠੀਕ ਹੈ, ਲਓ ਟਾਈਮ ਲਿਆ ਉਹਨਾਂ ਕਹਿੰਦੇ ਦਿੱਤਾ। ਤੇ ਮੈਂ ਉਹਨਾਂ ਨੂੰ ਸਰ ਜਿਹੜਾ ਸੀਗਾ, ਫਿਰ ਮੈਨੂੰ ਉਹਦੇ ਵਿੱਚ ਜੀਮੇਲ 'ਚੋਂ ਕੱਢ ਕੇ ਦਿੱਤੀਆਂ ਫੋਟੋਜ਼। ਉਹਨਾਂ ਨੇ ਮੇਰੀ ਵਾਈਫ ਦੇ ਮੇਰੇ ਕੋਲ ਪਾਸਪੋਰਟ ਦੀ ਫੋਟੋ ਕਾਪੀ ਮੰਗੀ, ਕਹਿੰਦੇ ਦੇ। ਦੈਨ ਉਹਨੇ ਨੇ ਮੇਰੇ ਫੋਨ 'ਚੋਂ ਜਿਹੜੀਆਂ ਮੈਰਿਜ ਦੀਆਂ ਫੋਟੋਗ੍ਰਾਫਸ ਨਾਲ ਫੇਸ ਮਿਲਾਉਣਾ ਸ਼ੁਰੂ ਕਰ ਦਿੱਤਾ। ਫੇਸ ਮਿਲਾਇਆ ਉਹਨਾਂ ਨੇ, ਤੇ ਦੈਨ ਮੇਰੇ ਕੋਲ ਮੇਰੀ ਵਾਈਫ ਦਾ ਡਰਾਈਵਿੰਗ ਲਾਇਸੈਂਸ ਦੀ ਵੀ ਫੋਟੋ ਸਟੇਟ ਸੀ, ਮੈਂ ਉਹਨਾਂ ਨੂੰ ਉਹ ਵੀ ਦੇਤੀ। ਮੈਂ ਕਿਹਾ ਇਸ 'ਤੇ ਵੀ ਬਈ ਤੁਸੀਂ ਦੇਖ ਸਕਦੇ ਹੋ ਵੀ ਇਸ 'ਤੇ ਵੀ ਰੀਸੈਂਟ ਦਾ ਹੈ ਇਹ ਫੋਟੋ ਆਪਣਾ ਡਰਾਈਵ। ਉਹਨਾਂ ਨੇ ਉਹ ਤਿੰਨਾਂ ਆਪਣਾ ਜਿਹੜੇ ਸੀਗੇ ਡਾਕੂਮੈਂਟਸ ਨੂੰ ਤੇ ਫੋਟੋਜ਼ ਨਾਲ ਬਈ ਮਿਲਾਇਆ ਉਹਨਾਂ ਨੇ, ਐਂਡ ਮੈਰਿਜ ਸਰਟੀਫਿਕੇਟ ਤੇ ਵੀ ਕਲੀਅਰ ਉਹ ਦੇਖਦਾ ਪਿਆ ਸੀਗਾ ਗੌਰ ਨਾਲ ਚੈੱਕ ਕਰਕੇ ਵੀ ਫੋਟੋ ਉਹੀ ਹੈ। ਦੈਨ ਉਹਨੇ ਆਪਣਾ ਫਿਰ ਉਹਨੂੰ ਉਹ ਸੈਟੀਸਫਾਈ ਹੋ ਗਿਆ, ਉਹਨੇ ਫਿਰ ਮੈਨੂੰ ਕਹਿੰਦਾ, ਕਹਿੰਦਾ ਓਕੇ। ਦੈਨ ਬਈ ਫਿਰ ਨਹੀਂ ਬੋਲਿਆ, ਮੈਨੂੰ ਸਾਰਾ ਕੁਝ ਪੜਾਤਾ ਜੀ ਉਹਨੇ ਵੀਜ਼ਾ ਆਫੀਸਰ ਨੇ। ਔਰ ਕਹਿੰਦਾ ਵੀ ਠੀਕ ਹੈ, ਕਹਿੰਦੇ ਪਰ ਅਸੀਂ ਤੇਰਾ ਮੈਡੀਕਲ ਐਕਸਪਾਇਰ ਹੈ, ਸੋ ਅਸੀਂ ਤੈਨੂੰ 6 ਮੰਥਸ ਦਾ ਹੀ ਵਰਕ ਪਰਮਿਟ ਇਸ਼ੂ ਕਰ ਸਕਦੇ ਹਾਂ। ਯਾ ਦੋ ਗੱਲਾਂ ਇੱਥੇ ਥੋੜ੍ਹਾ ਥੋੜ੍ਹਾ ਰੁਕ ਰੁਕ ਕੇ ਆਪਾਂ ਥੋੜ੍ਹਾ ਜਿਹਾ ਐਗਜ਼ਾਮਿਨ ਕਰਦੇ ਇਹਨੂੰ, ਕਿਉਂਕਿ ਇਹ ਬਹੁਤਾ ਮੈਂ ਸੁਣਿਆ ਨਹੀਂ ਐਕਚੁਅਲੀ ਕਿ ਸਪਾਊਸ ਵੀਜ਼ਾ ਮਿਲਣ ਦੇ ਬਾਅਦ ਪ੍ਰੂਫ ਆਫ ਮੈਰਿਜ ਨੂੰ ਦੁਬਾਰਾ ਤੋਂ ਕਿਸੇ ਤੋਂ ਪੁੱਛਿਆ ਜਾਏ ਇਸ ਤਰ੍ਹਾਂ ਏਅਰਪੋਰਟ 'ਤੇ, ਨੰਬਰ 1। ਨੰਬਰ 2, ਦੋ ਤੁਸੀਂ ਕਿਹਾ ਕਿ ਮੈਡੀਕਲ ਸਰਟੀਫਿਕੇਟ ਮੈਡੀਕਲ ਐਗਜ਼ਾਮਿਨੇਸ਼ਨ ਐਕਸਪਾਇਰ ਹੈ, ਦੈਟ ਡਸ ਨਾਟ ਮੇਕ ਸੈਂਸ, ਕਿਉਂਕਿ ਜਿਸ ਵਕਤ ਅਗਰ ਜਦ ਵੀਜ਼ਾ ਇਸ਼ੂ ਹੁੰਦਾ ਹੈ ਉੱਥੋਂ ਦਿੱਲੀ ਤੋਂ,
उस वक्त अगर मेडिकल अगर वैलिडिटी चल रही है विच इज दे टिपिकली वैलिड फॉर 1 ईयर अगर चल रही है फिर तो कोई कोई सवाल है नहीं कि भाई इतने आकर भी जेकर मेडिकल फर्ज करो 6 महीने तक एक्सपायर हो रहा है 3 महीने तक एक्सपायर हो रहा है तो तुहानू वीज़ा उस टाइम तक ही देंगे। ये बड़ी मैनू अनहोनी चीज़ लगी। ये बारे तुसी उन्हें कोई सवाल पूछा नहीं या कुछ दसा नहीं डिटेल उन्हें क्यों क्यों मेडिकल नू लेके शॉर्ट करता काम? नहीं सर मैनू मैं थोड़ा नर्वस हो गया सीगा इस चीज़ में लैके भी मेरी फिर वो पुछ गिछ भी उही जो 2 साल मैं चल रहा सी ते भी उही कुछ हो रहा फिर सो मैनू उन्हें सिर्फ जदों वर्क परमिट उन्हें प्रिंट कर दिता लेके आया उदों उन्हें यह गल कही आके कि कहिंदा तेरा मेडिकल एक्सपायर है। मैं क्या ओके कहिंदे सो असी तुहानू 6 मंथ्स का ही वर्क परमिट इशू कर या ਤੁਹਾਡੇ ਜਿਹੜੇ 6 ਮਹੀਨੇ ਰਹਿ ਗਏ ਸੀ ਮੈਡੀਕਲ ਮੈਡੀਕਲ ਐਕਸਪਾਇਰ ਹੋਣ ਤੱਕ ਐਕਸਪਾਇਰ ਹੋ ਚੁੱਕਿਆ ਸੀ ਜਾਂ 6 ਮਹੀਨੇ ਰਹਿ ਗਏ ਮੈਡੀਕਲ ਐਕਸਪਾਇਰ ਹੋਣ ਲਈ? ਸਰ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਹੈ ਐਕਚੁਅਲੀ ਫਾਈਲ ਦੇ ਵਿੱਚ ਪਈ ਰਹੀ ਪੈਂਡਿੰਗ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਵੀ ਐਕਸਪਾਇਰ ਹੋ ਗਿਆ ਸੀ ਮੈਡੀਕਲ ਇਟ ਵਾਸ ਆਲਰੇਡੀ ਐਕਸਪਾਇਰਡ ਐਟ ਦ ਟਾਈਮ ਆਫ ਸਪਾਊਸ ਵੀਜ਼ਾ। ਓਕੇ ਸੋ ਦੈਟ ਮੇਕਸ ਸਮ ਸੈਂਸ ਹਿਅਰ। ਸੋ ਚਲੋ ਤੁਹਾਡੀ ਮੈਰਿਜ ਮੇਰੇ ਖਿਆਲ 2017 'ਚ ਹੋਈ ਹੈ ਸ਼ਾਇਦ, ਹਾਂਜੀ ਸਰ ਲੇਕਿਨ ਤੁਸੀਂ ਸ਼ਾਇਦ ਕਿਸੇ ਦੇ ਕਹਿਣ ਕਰਕੇ ਜਾਂ ਕੁਛ ਕੋਈ ਕਿਸੇ ਵਜ੍ਹਾ ਨਾਲ ਉਹਨੂੰ ਤੁਸੀਂ ਲੇਟ ਸ਼ੋ ਕੀਤਾ ਹੈ 1 ਸਾਲ ਬਾਅਦ, ਉਹਦੀ ਵਜ੍ਹਾ ਕੀ ਹੈ? ਸਰ ਉਹਦੇ ਮਤਲਬ ਇਹ ਨਹੀਂ ਸੀ ਉਹ ਜਿਵੇਂ ਮੈਰਿਜ ਤੋਂ ਬਾਅਦ ਅਸੀਂ ਪਲਾਨ ਕੀਤਾ ਕਿ ਕੈਨੇਡਾ ਦਾ ਸੋ ਮੇਰੀ ਵਾਈਫ ਆਇਲਸ ਕਰਨ ਲੱਗ ਪਈ ਇਹ ਜਿਵੇਂ ਕਿ ਵੀ ਡੇਲੀ ਬਿਜ਼ੀ ਰਹਿੰਦੀ ਸੀ ਸਾਨੂੰ ਕੋਈ ਹੋਰ ਕਿਸੇ ਦਾ ਮਤਲਬ ਇਹ ਨਹੀਂ ਸੀ ਵੀ ਲੇਟ ਰਜਿਸਟਰ ਕਰਾਉਣ ਦਾ ਕੋਈ ਹੋਰ ਰੀਜ਼ਨ ਨਹੀਂ ਸੀ ਸਿਰਫ ਇਹੀ ਸੀ ਸੋ ਕਿਸੇ ਜਿਹੜੀਆਂ ਪਹਿਲੀਆਂ 2 ਫਾਈਲਸ ਲੱਗੀਆਂ ਉਸਦੇ ਵਿੱਚ ਕਿਸੇ ਨੇ ਵੀ ਇਹ ਗੱਲ 'ਤੇ ਗੌਰ ਨਹੀਂ ਕੀਤਾ ਕਿ ਜਿਹੜਾ ਹੈ ਕਿ ਮੈਰਿਜ ਲੇਟ ਰਜਿਸਟਰਡ ਹੋਈ ਵਿਆਹ ਔਰ ਵਿਆਹ ਹੋਣ ਤੋਂ ਬਾਅਦ ਜੋ ਮੈਰਿਜ ਰਜਿਸਟ੍ਰੇਸ਼ਨ ਸੀ ਉਹਦੇ ਵਿੱਚ ਅਪਰੋਕਸੀਮੇਟ ਮੈਨੂੰ ਲੱਗਦਾ ਕਿ 11 ਮੰਥ ਦਾ ਗੈਪ ਪੈ ਗਿਆ ਪਰ ਜੋ ਰਜਿਸਟਰ ਹੋਣ ਤੋਂ ਬਾਅਦ ਵੀਜ਼ਾ ਲੱਗਣ ਦੇ ਵਿੱਚ ਗੈਪ ਥੋੜ੍ਹਾ ਸੀ ਓਕੇ ਪਰ ਜਦ ਤੁਸੀਂ ਫਾਈਲ ਤੁਸੀਂ ਮੇਰੇ ਖਿਆਲ 2019 ਵਿੱਚ ਫਾਈਲ 2 ਵਾਰ ਰਿਫਿਊਜ਼ ਹੋਏ ਨਾ ਸ਼ਾਇਦ 2000 ਇੱਕ ਵਾਰ 2019 ਸ਼ਾਇਦ ਨਵੰਬਰ ਹੈ ਉਸ ਤੋਂ ਪਹਿਲਾਂ 1 ਮਹੀਨੇ 2 ਮਹੀਨੇ ਪਹਿਲਾਂ ਸ਼ਾਇਦ ਹਾਂਜੀ ਹਾਂਜੀ ਸਰ ਕਰੈਕਟ। ਸੋ ਉਸ ਟਾਈਮ ਜਿਹੜੇ ਵੀ ਕੰਸਲਟੈਂਟ ਜਿਹੜੇ ਵੀ ਲਾਇਰਸ ਵਾਲਾ ਜਿਹੜੇ ਫਾਈਲ ਲਾਈ ਸੀ ਉਸ ਟਾਈਮ ਤੇ ਹਾਂਜੀ ਮੈਰਿਜ ਨੂੰ ਤੁਸੀਂ ਮੈਰਿਜ ਰਿਲੇਸ਼ਨਸ਼ਿਪ ਕਦੋਂ ਤੋਂ ਸਟਾਰਟ ਕਰਕੇ ਉਹਨਾਂ ਨੇ ਸ਼ੋ ਕੀਤਾ ਕਿ ਮੈਰਿਜ ਕਿੰਨੀ ਪੁਰਾਣੀ ਚੱਲ ਰਹੀ ਹੈ? ਸਰ ਉਹਨਾਂ ਨੂੰ ਉਹੀ ਦੱਸਿਆ ਜੀ 2017 ਤੋਂ ਕਿ 2017 ਤੋਂ ਸਾਡੀ ਮੈਰਿਜ ਹੋਈ ਹੈ 2017 ਦੇ ਵਿੱਚ 2 ਸਪਤੰਬਰ 2017 ਦੇ ਵਿੱਚ ਮੈਰਿਜ ਹੋਈ ਹੈ ਸਾਡੀ ਐਂਡ 18 ਦੇ ਵਿੱਚ ਰਜਿਸਟਰ ਹੋਈ ਹੈ ਉਹ ਸਾਰਾ ਉਹਨਾਂ ਨੂੰ ਉਹੀ ਦੱਸਿਆ ਹੈ ਜੀ 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 ਪਰ ਹਮੇਸ਼ਾ ਜੋ ਇੱਕ ਸਰਕਾਰੀ ਜੋ ਇੱਕ ਕੰਮ ਹੈ ਜੋ 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 ਕੈਨੇਡੀਅਨ ਵੀਜ਼ਾ ਅਫਸਰ ਦੇਖਦੇ ਆ ਉਹ ਡੇਟ ਆਫ ਮੈਰਿਜ ਵਿਲ ਸਟਾਰਟ ਔਨ ਜਦ ਤੋਂ ਰਜਿਸਟ੍ਰੇਸ਼ਨ ਹੋਈ ਹੈ। ਸੋ ਹਾਂਜੀ ਰਜਿਸਟ੍ਰੇਸ਼ਨ ਤੁਹਾਡੀ ਅਗਸਤ 2018 ਤੋਂ ਹੋਈ ਹੈ ਤਾਂ ਦੈਟ ਮੀਨਸ ਕਿ ਤੁਹਾਡੀ ਮੈਰਿਜ ਕਰੀਬ ਕਰੀਬ 2 ਸਾਲ ਪੁਰਾਣੀ ਹੈ। ਸੋ ਸੈਰੇਮਨੀ ਪਹਿਲਾਂ ਹੋ ਗਈ ਵਟ ਐਵਰ ਮਤਲਬ ਉੱਥੇ ਜ਼ਿਆਦਾ ਉਹਨਾਂ ਦਾ ਜ਼ਿਆਦਾ ਕੁਛ ਹੈ ਨਹੀਂ ਉਹਨਾਂ ਦਾ। ਸੋ ਗੱਲ ਇਹ ਸੀ। ਹੋਰ ਕਿਹੜੇ ਕਿਹੜੇ ਰੀਜ਼ਨ ਕਰਕੇ ਪਹਿਲਾਂ ਵੀਜ਼ਾ ਰਿਫਿਊਜ਼ ਹੋਇਆ ਸੀ ਪਹਿਲਾਂ ਪਹਿਲੀ ਦੋ ਵਾਰ ਤੁਹਾਨੂੰ ਯਾਦ ਹੈ ਕੁਛ? ਮੈਂ ਤੁਹਾਨੂੰ ਦੱਸ ਦਾਂ ਕਿ ਪਹਿਲੀ ਜੋ ਫਸਟ ਰਿਫਿਊਜ਼ਲ ਹੋਈ ਉਹ 'ਚ ਤਾਂ ਇਨਕੰਪਲੀਟ ਸਬਮਿਸ਼ਨ ਹੀ ਸੀ ਫਾਈਲ ਦਾ ਮੈਂ ਆਪਣਾ ਇਹ ਕਹਿਣਾ ਵੀ ਉਹ ਇੱਧਰੋਂ ਕੈਨੇਡਾ 'ਚੋਂ ਹੀ ਲਗਾਈ ਸੀ ਜੀ ਫਾਈਲ ਲਗਾਈ ਪਰ ਜਿਹੜੀ ਲਾਅ ਫਰਮ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਉਹ ਗੋਰਿਆਂ ਦਾ ਹੀ ਸੀ ਸਾਰਾ ਡਿਪਾਰਟਮੈਂਟ ਮਤਲਬ ਸਾਰਾ ਫਰਮ ਉਹਨਾਂ ਨੇ ਸਾਡੇ ਕੋਲ ਗਿਣਤੀ ਦੇ ਹੀ ਡਾਕੂਮੈਂਟ ਲਿੱਤੇ ਇੱਕ ਮੈਰਿਜ ਸਰਟੀਫਿਕੇਟ ਦੇ ਦਿਓ ਜੀ ਇੱਕ ਜੋ ਤੁਸੀਂ ITR ਇੱਕ ਬੈਂਕ ਦਾ ਬੈਲੈਂਸ ਸਰਟੀਫਿਕੇਟ ਦੇ ਦਿਓ ਦੈਟਸ ਆਲ ਜੀ ਜੀ ਮੈਂ ਦੇਖਿਆ ਤੁਹਾਡੇ ਪੁਰਾਣੇ ਨੋਟਸ ਵੀ ਦੇਖੇ। ਮੇਰੇ ਖਿਆਲ ਕੋਈ ਤੁਹਾਡੇ ਵੈਡਿੰਗ ਸੈਰੇਮਨੀ ਦੀ ਫੋਟੋਜ਼ ਨਹੀਂ ਲੱਗੀ, ਨਹੀਂ ਕੋਈ ਬਿਲਕੁਲ ਔਨਗੋਇੰਗ ਰਿਲੇਸ਼ਨਸ਼ਿਪ ਚੈਟ ਹਿਸਟਰੀ ਲੱਗੀ ਨਾ, ਬੈਂਕ ਸਟੇਟਮੈਂਟ ਲੱਗੀ ਤੁਹਾਡੇ ਜਿਹੜੇ ਪੁਰਾਣੇ ਉਹ ਵੀ ਨਹੀਂ ਲੱਗੇ ਸੀ ਮੇਰੇ ਖਿਆਲ, ਤੇ ਹੋਰ ਵੀ ਕਾਫੀ ਕੁਛ ਜਿਹੜੇ ਪ੍ਰੂਫਸ ਉਹਨਾਂ ਨੇ ਨਹੀਂ ਲਾਏ। ਮੇਰੇ ਖਿਆਲ ਟੋਟਲ ਕਿੰਨੇ ਹਾਰਡਲੀ ਕਿੰਨੇ ਫੋਟੋਜ਼ ਲੱਗੇ ਸੀ, ਕਿੰਨੇ ਟੋਟਲ? ਲੈਸ ਦੈਨ 10 ਫੋਟੋਗ੍ਰਾਫ, 8-10 ਸਰ ਪਹਿਲੇ ਹਾਂਜੀ ਬਿਲਕੁਲ ਜੀ ਬਿਲਕੁਲ ਉਸ ਤੋਂ ਘੱਟ 10 ਕੁ ਫੋਟੋਗ੍ਰਾਫ ਸੀ ਉਹਨਾਂ ਨੇ ਸਾਡੇ ਕੋਲੋਂ ਲਏ ਸੀ ਕਿ ਕੋਈ ਬਾਤ ਵੀ ਨਹੀਂ ਹੈਗਾ ਐਡਾ ਦਿਖਾਉਣ ਦੀ ਲੋੜ ਤੇ ਉਹਨਾਂ ਨੇ ਫਾਈਲ ਸਬਮਿਟ ਕਰਤੀ ਇੰਨਾ ਲਗਾ ਕੇ ਉਹ ਮੇਰੇ 4 ਓਬਜੈਕਸ਼ਨ ਲੱਗ ਕੇ ਹੈਗੀਆਂ ਜੀ ਸਮਝ ਗਏ। ਇਹਦੇ ਬਾਰੇ ਐਕਚੁਅਲੀ ਆਪਾਂ ਕਈ ਵਾਰ ਕਹਿ ਚੁੱਕੇ ਹਾਂ ਕਿ ਜਿੰਨੇ ਵੀ ਤੁਸੀਂ ਹੁਣ ਇੱਥੇ ਹੁਣ ਮੌਂਟਰੀਅਲ ਆਏ ਹੋ, ਤੁਸੀਂ ਮੌਂਟਰੀਅਲ ਵੀ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਨੂੰ ਜਾਂ ਟੋਰਾਂਟੋ ਏਰੀਆ ਜਿੱਥੇ ਵੀ ਜਿਹੜੇ ਇਮੀਗ੍ਰੇਸ਼ਨ ਮੰਡੀ ਹੈ ਸਾਰੀ ਕਾਫੀ ਇਮੀਗ੍ਰੇਸ਼ਨ ਕੰਸਲਟੈਂਟਸ ਹੈ, ਕਿਸੇ ਨੂੰ ਵੀ ਤੁਸੀਂ ਪੁੱਛ ਕੇ ਦੇਖ ਲੈਣਾ ਕਿ ਟਿਪੀਕਲੀ ਹਰੇਕ ਕੰਸਲਟੈਂਟ ਸਪਾਊਸ ਵੀਜ਼ਾ ਨਹੀਂ ਕਰਦਾ। ਕਈ ਹੋਰ ਕੰਮ ਕਰਦੇ, ਕੋਈ LMI ਦਾ ਕੰਮ ਕਰ ਰਿਹਾ, ਕੋਈ ਇਸ ਤਰ੍ਹਾਂ ਸਟੂਡੈਂਟ ਦਾ ਵਾਰਾ ਵਾਰਾ ਕਰ ਰਹੇ। ਸੋ ਸਪਾਊਸ ਵੀਜ਼ਾ
ਈਵਨ ਜੋ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਹੈ ਜਿਹੜੇ ਲਾਇਸੈਂਸ ਸ਼ੁਦਾ ਜਿਹੜੇ ਕੰਸਲਟੈਂਟ ਹੈ ਲਾਇਰਸ ਵੀ ਹੈ ਉਹਨਾਂ ਨੂੰ ਵੀ ਜ਼ਿਆਦਾ ਜ਼ਿਆਦਾ ਨਹੀਂ ਹੋਣਗੇ ਮੈਂ ਸਮਝਦਾ ਕਿ ਨੋਟ ਮੋਰ ਦੈਨ 15-20 ਹੋਣਗੇ ਜਿਹੜੇ ਸਪਾਊਸ ਵੀਜ਼ਾ ਨੂੰ ਹੀ ਡੀਲ ਕਰਦੇ ਪ੍ਰਾਇਮਰਲੀ ਅਤੇ ਉਹਨਾਂ ਨੂੰ ਐਕਸਪੀਰੀਅੰਸ ਹੈ ਇਸ ਤਰ੍ਹਾਂ ਦਾ ਕਿ ਵੀ ਦਿੱਲੀ ਵਾਲੇ ਵੀਜ਼ਾ ਅਫਸਰ ਕੀ ਮੰਗ ਰਹੇ ਹੈ ਕੀ ਕਰਨਾ ਚਾਹੀਦਾ ਉਹ ਛੋਟੇ ਮੋਟੇ ਕੇਸ ਲੈ ਜਿਹੜੇ ਫੋਟੋ ਫਾਟੋ ਲੈ ਕੇ ਨਾ 2-3 ਫੋਟੋ ਲੈ ਕੇ ਉਹ ਸਬਮਿਟ ਕਰ ਦਿੰਦੇ ਉਹਦੇ ਨਾਲ ਗੱਲ ਬਣਦੀ ਨਹੀਂ ਸੋ ਅਲਟੀਮੇਟਲੀ ਇਟ ਗੈਟਸ ਰਿਫਿਊਜ਼ਡ ਅਤੇ ਹੋਰ ਤੁਹਾਡੇ ਕੇਸ ਹੋਰ ਕੀ ਸੀ ਖਾਸ ਚੀਜ਼ ਜਿਹੜੀ ਤੁਸੀਂ ਜੋਬ ਵਾਲਾ ਕੀ ਕਰਦੇ ਸੀ ਉੱਥੇ ਇੰਡੀਆ ਕੀ ਕੀ ਸ਼ੋਅ ਕੀਤਾ ਜੋਬ ਸਰ ਮੈਂ ਪਹਿਲਾਂ ਆਪਣਾ ਫੁੱਟਵੇਅਰ ਦਾ ਬਿਜ਼ਨਸ ਕਰਦਾ ਸੀਗਾ ਜੀ ਉਹੀ ਉਹੀ ਸ਼ੋਅ ਕੀਤਾ ਜੋ ਕਰਦਾ ਸੀ ਮਤਲਬ ਮੈਂ ਕੋਈ ਇਹ ਨਹੀਂ ਸੀ ਆਪਣਾ ਕਿ ਵੀ ਕਿਸੇ ਫਰਮ ਤੋਂ ਕੋਈ ਸਰਟੀਫਿਕੇਟ ਬਣਵਾ ਕੇ ਲਿਆ ਜਾਂ ਕੁਛ ਮੈਂ ਜੋ ਕਰਦਾ ਸੀ ਮੈਂ ਉਹੀ ਹੀ ਪਹਿਲੀ ਫਾਈਲ ਤੋਂ ਹੀ ਮਤਲਬ ਜੋ ਪਹਿਲੀ ਸਬਮਿਸ਼ਨ ਤੋਂ ਹੀ ਉਹੀ ਸ਼ੋਅ ਕੀਤਾ ਮੈਂ ਜੋ ਕਰਦਾ ਸੀ ਕਿੰਨੀ ਕਿੰਨੀ ਇਨਕਮ ਸ਼ੋਅ ਕੀਤੀ ਤੁਸੀਂ ਤੁਹਾਡੀ ਇਨਕਮ ਕਿੰਨੀ ਹੈ ਸਾਲ ਦੀ ਫੁੱਟਵੇਅਰ ਉਹਦੀ ਤੇ ਟੋਟਲ ਫੰਡਸ ਕਿੰਨੇ ਬੈਂਕ ਅਕਾਊਂਟ ਵਿੱਚ ਸ਼ੋਅ ਹੋਏ ਸਰ ਪਹਿਲੀ ਫਾਈਲ ਦੇ ਵਿੱਚ ਥੋੜਾ ਸੀਗਾ ਜੀ ਉੱਤੇ ITR ਵੀ ਮੇਰੀ ਜੋ ਸੀਗੀ 3 ਲੱਖ ਦੀ ਹੀ ਸੀ ਤੇ ਫੰਡ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਇੰਪਰੂਵ ਕਰਨ ਲਈ ਤੇ ਉਹ 3,90,000 ਸੀ ਆਪਣੇ ਅਕਾਊਂਟ ਦੇ ਵਿੱਚ ਉਹ ਕਹਿੰਦੇ ਦੈਟਸ ਆਲ ਠੀਕ ਆ ਕਿ ਵੀ ਇਹ ਸਭ ਆਪਾਂ ਦਿਖਾ ਸਕਦੇ ਹਾਂ ਬਹੁਤ ਆ ਬਟ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਤਾਂ ਫੰਡਸ ਬਹੁਤ ਘੱਟ ਨੇ ਜੀ 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 ਹਾਂਜੀ ਤੁਹਾਡੇ ਤੁਹਾਡੇ ਜਿਹੜੇ ਆਖਰੀ ਆਖਰੀ ਰਿਫਿਊਜ਼ਲ 'ਚ ਉਹਨਾਂ ਨੇ ਲਿਖਿਆ ਵੀ ਹੈ ਤੁਹਾਡੇ ਵੀਜ਼ਾ ਅਫਸਰ ਨੇ ਲਿਖਿਆ ਵੀ ਹੈ ਕਿ ਐਪਲੀਕੈਂਟ ਨੇ ਕਾਫੀ ਥੋੜ੍ਹੀ ਇਨਕਮ ਸ਼ੋਅ ਕੀਤੀ ਹੈ ਅਤੇ ਬੈਂਕ ਅਕਾਊਂਟ ਵਿੱਚ ਫੰਡਸ ਵੀ ਨਹੀਂ ਹੈ ਅਤੇ ਇਸ ਕਰਕੇ ਮਤਲਬ ਕਿ ਦਿਸ ਇਜ਼ ਅ ਲਾਈਨ ਐਕਚੁਲੀ ਉਹਨਾਂ ਨੇ ਲਾਈਨ ਲਿਖੀ ਹੈ ਦੇ ਐਪਲੀਕੈਂਟ ਡਜ਼ ਨੋਟ ਹੈਵ ਸਫੀਸ਼ੀਐਂਟ ਫਾਈਨੈਂਸ਼ੀਅਲ ਰਿਸੋਰਸਿਸ ਕਿ ਵੀ ਤੁਸੀਂ ਇਹ ਵੀਜ਼ਾ ਕਿਸ ਤਰ੍ਹਾਂ ਕਰੋਗੇ ਫਾਈਨੈਂਸ਼ੀਅਲ ਰਿਸੋਰਸਿਸ ਦੀ ਗੱਲ ਕੀਤੀ ਹੈ ਸੋ ਟਿਪੀਕਲੀ ਇਹ ਮੈਂ ਕਈ ਵਾਰ ਕਹਿ ਚੁੱਕਿਆ ਕਿ ਅਗਰ ਹਸਬੈਂਡ ਕੋਲ ਜਿਸ ਤਰ੍ਹਾਂ ਸਪਾਊਸ ਵੀਜ਼ਾ ਜਿਸ ਤਰ੍ਹਾਂ ਹਸਬੈਂਡ ਅਪਲਾਈ ਕਰਦਾ ਹੈ ਅਗਰ ਜੇ ਤੁਹਾਡੇ ਕੋਲ ਫੰਡਸ ਨਹੀਂ ਹੈ ਸਫੀਸ਼ੀਐਂਟ ਫੰਡਸ ਉਹ ਵੀ ਪੁਰਾਣੇ ਫੰਡਸ ਇਹ ਨਹੀਂ ਕਿ ਇਕੱਠੇ ਤੁਸੀਂ ਅੱਜ ਹੀ ਚੈੱਕ ਪਾ ਲਈ ਤੁਸੀਂ 10 ਲੱਖ ਦੀ ਪੁਰਾਣੇ ਫੰਡ ਜਦ ਤੱਕ ਤੁਹਾਡੇ ਕੋਲ ਨਹੀਂ ਹੈ ਤਦ ਤੱਕ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਕਿ ਵੀ ਇਹ ਹੀ ਇਜ਼ ਫਾਈਨੈਂਸ਼ੀਅਲੀ ਕੇਪੇਬਲ ਅਤੇ 201B ਸੈਕਸ਼ਨ ਲਾ ਕੇ ਤੁਹਾਨੂੰ ਰਿਫਿਊਜ਼ ਕਰ ਦਿੰਦੇ ਆ ਅਤੇ ਤੁਹਾਡਾ ਵੀ ਮੇਰੇ ਖਿਆਲ ਹੈ ਕਿ ਆਖਰੀ ਤੁਸੀਂ ਰਿਫਿਊਜ਼ਲ ਦੇਖ ਲਓ ਤੁਹਾਡਾ ਵੀ ਆਖਰੀ ਰਿਫਿਊਜ਼ਲ ਉਹਦੇ ਵਿੱਚ ਸੈਕਸ਼ਨ 201B ਹੀ ਲਾਇਆ ਉਹਨਾਂ ਨੇ ਜੋ ਰਿਫਿਊਜ਼ਲ ਦਾ ਬਹਾਨਾ ਦਿੱਤਾ ਹੈ ਉਹਨਾਂ ਨੇ 201B ਦਿੱਤਾ ਹੈ ਸੋ ਅਤੇ ਹੋਰ ਹੋਰ ਕੀ ਕੁਛ ਕੀਤਾ ਹੈ ਕਿ ਤੁਸੀਂ ਸੁਖਮਨ ਨੇ ਤੁਹਾਡੀ ਫਾਈਲ ਸਾਰੀ ਅਸੈਂਬਲ ਕਰਕੇ ਭਰ ਕੇ ਸਾਰਾ ਤੁਹਾਨੂੰ ਦਿੱਤੀ ਸੀ ਹੋਰ ਕੀ ਕੁਛ ਦੇਖਿਆ ਤੁਸੀਂ ਜਿਹੜਾ 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 ਤੁਸੀਂ ਜਿਹੜੀ ਨਵੀਂ ਚੀਜ਼ ਦੇਖੀ ਜਿਹੜੀ ਪਹਿਲਾਂ ਨਹੀਂ ਸੀ ਸਰ ਪਹਿਲੀ ਤਾਂ ਚੀਜ਼ ਉਹੀ ਦੇਖੀ ਜੋ ਅਸੀਂ ਤਾਂ ਮੈਰਿਜ ਸਰਟੀਫਿਕੇਟ ਵਾਲੇ ਡਾਕੂਮੈਂਟ ਤੇ ਬੜਾ ਪੋਜ਼ਿਟਿਵਲੀ ਲੈ ਰਹੇ ਸੀ ਉਸ ਚੀਜ਼ ਨੂੰ ਮੈਰਿਜ ਨੂੰ ਵੀ ਪੋਜ਼ਿਟਿਵਲੀ ਲੈ ਰਹੇ ਸੀ ਤੋ ਸੁਖਮਨ ਭਾਜੀ ਨੇ ਇਹੀ ਗੱਲ ਦੱਸੀ ਕਿ ਇਹ ਤੁਹਾਡੇ ਨਾ ਵੀ ਮੈਰਿਜ ਵਾਲੇ ਡਾਕੂਮੈਂਟ ਦਾ ਵੀ ਨੈਗੇਟਿਵਿਟੀ ਹੈ ਵੀ ਜਿਹੜੀ ਵੀਜ਼ਾ ਆਫੀਸਰ ਉੱਥੇ ਕੱਢ ਸਕਦਾ ਹੈ ਮੈਂ ਹੈਰਾਨ ਹੋ ਗਿਆ ਵੀ ਮੈਂ 2 ਬੰਦਿਆਂ ਤੋਂ ਪਹਿਲਾਂ ਫਾਈਲ ਆਲਰੇਡੀ ਲਗਵਾ ਚੁੱਕਾ ਕਿਸੇ ਨੇ ਇਹ ਗੱਲ ਨੋਟਿਸ ਨਹੀਂ ਕੀਤੀ ਨਾ ਹੀ ਦੱਸੀ ਤੇ ਉਹ ਕਹਿੰਦੇ ਮੈਂ ਤੁਹਾਨੂੰ ਦੱਸਦਾ ਕੀ ਹੈ ਕਿ ਤੁਹਾਡੀ ਮੈਰਿਜ ਤੁਸੀਂ ਮੂੰਹ ਵੀ ਆਪਣੀ ਜ਼ੁਬਾਨੀ ਜਿਹੜੀ ਕਹਿੰਦੇ ਆਪਾਂ ਵੀ ਹੋਈ ਮੈਰਿਜ ਉਹ 2017 ਵੀ ਉਸ ਤੋਂ ਬਾਅਦ ਜਿਹੜਾ ਸਰਕਾਰੀ ਡਾਕੂਮੈਂਟ ਬਣਿਆ 2018 ਚ ਬਣਿਆ ਅਗਸਤ ਦੇ ਵਿੱਚ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਿਹੜਾ ਵੀਜ਼ਾ ਲੱਗਾ ਹੈ ਉਹਦੇ ਵਿੱਚ ਗੈਪ ਉਸ ਤੋਂ ਵੀ ਘੱਟ ਹੈ ਇਸ ਤੋਂ ਕਹਿੰਦੇ ਵੀਜ਼ਾ ਆਫੀਸਰ ਨੂੰ ਐਟਲੀਸਟ ਇਹ ਪਤਾ ਲੱਗਦਾ ਹੈ ਕਿ ਕੋਈ ਡੀਲ ਹੋਈ ਹੈ ਇਹਨਾਂ ਦੀ ਆਪਸ ਵਿੱਚ ਜੀ 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 ਕੋਈ ਨਾ ਕੋਈ ਸੈਟਿੰਗ ਹੈ ਹਾਂਜੀ ਸੈਟਿੰਗ ਹੋਈ ਹੈ ਇਹਨਾਂ ਦੇ ਵਿੱਚ ਵੀ ਜਿਹੜੀ ਇੰਨੀ ਲੇਟ ਰਜਿਸਟਰ ਕਰਾਈ ਮੈਰਿਜ ਮੈਰਿਜ ਜੋ ਕਹਿ ਰਹੇ ਆ ਵੀ 2017 ਤੋਂ ਬਾਅਦ 18 ਤੱਕ ਇਹਨਾਂ ਦਾ ਆਲਮੋਸਟ 1 ਸਾਲ ਹੋ ਗਿਆ ਬਟ ਜਿਹੜਾ ਆਪਣਾ ਮੈਰਿਜ ਤੋਂ ਵੀਜ਼ਾ ਲੱਗਾ ਰਜਿਸਟਰ ਹੋਣ ਤੋਂ ਬਾਅਦ ਉਹਦੇ ਵਿੱਚ ਗੈਪ 6 ਮਹੀਨੇ ਤੋਂ ਵੀ ਘੱਟ ਹੈ ਗਲਤ ਬਣ ਗਿਆ ਸੀ ਪਹਿਲਾਂ ਠੀਕ ਹੈ ਜਦੋਂ ਸਹੀ ਬਣ ਕੇ ਆਇਆ ਤਾਂ ਉਹਦੇ ਵਿੱਚ ਕਿਹਾ ਸੀ ਉਸਦੇ ਵਿੱਚ ਡੇਟ ਆਫ ਜਿਹੜੀ ਆ ਵੀ ਰਜਿਸਟ੍ਰੇਸ਼ਨ ਦੀ ਸੀਗੀ ਉਹ ਆਪਣੀ ਨਵੰਬਰ 2018 ਉਹ ਆਲਮੋਸਟ ਨਵੰਬਰ ਦੇ ਵਿੱਚ ਹੀ ਮੇਰੀ ਵਾਈਫ ਦਾ ਵੀਜ਼ਾ ਲੱਗਿਆ ਹੈ ਜੀ 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 ਸੋ ਸਾਥ ਉਹਨਾਂ ਨੇ ਮੈਚ ਕਰ ਲਿਆ ਉਹਨਾਂ ਕਿ ਵੀ ਇਹ ਕੋਈ ਇਹਨਾਂ ਦੀ ਕੋਈ ਆਪਸ 'ਚ ਕੋਈ ਐਡਜਸਟਮੈਂਟ ਹੈ ਕੋਈ ਮੈਰਿਜ ਦੇ ਨਾਲ ਵੀਜ਼ਾ ਨਾਲ ਕੋਈ ਐਡਜਸਟਮੈਂਟ ਤਾਂ ਨਹੀਂ ਕੋਈ ਇਹਨਾਂ ਦੀ ਯਾ ਸੋ ਦੈਟਸ ਅ ਪ੍ਰੋਬਲਮ ਦੈਟਸ ਅ ਪ੍ਰੋਬਲਮ ਸੋ ਪਰੇ ਜ਼ਰੂਰ ਆਪਾਂ ਇੱਕ ਐਕਚੁਲੀ ਲੋਕਾਂ ਨੂੰ ਐਡਵਾਈਸ ਕਰਦੇ ਕਿ ਜੋ ਤੁਸੀਂ ਮੈਰਿਜ ਕਰਦੇ ਹੋ ਭਾਵੇਂ ਦਿੱਲੀ ਕਰੋ ਪੰਜਾਬ ਕਰੋ ਜਿੱਥੇ ਮਰਜ਼ੀ ਕਰੋ ਤੁਹਾਡੀ ਮੈਰਿਜ ਰਜਿਸਟ੍ਰੇਸ਼ਨ ਉਸੇ ਵਕਤ ਹੋ ਜਾਣੀ ਚਾਹੀਦੀ ਹੈ ਵਿਦਇਨ ਫਿਊ 1 ਔਰ 2 ਡੇਜ਼ ਰੀਜ਼ਨੇਬਲੀ ਟਾਈਮ ਹੋ ਜਾਣੀ ਚਾਹੀਦੀ ਹੈ ਮਤਲਬ
जे लंबा गैप लेके चलोगे तो कोई ना कोई शक दे हमेशा एक रहेगा दिमाग च, कोई निशान सवाली निशान रहेगा कि भी होया की है, कि ये कोई रास है कोई कि नहीं। सो हाँ ये जी जरूर जरूर करते। तो जो पंजाब के जो एजेंट है जो पहला सैकेंड फाइल तो इतने कैनेडा तो लॉयर लगवाई, पहली फाइल पंजाब तो लगवाई है? नहीं सर, पहली कनाडा तो लगवाई सी, सेकंड पंजाब तो लगाई सी। अच्छा, सेकंड पंजाब तो लगवाई थी। अच्छा, सो जो जो पहली फाइल है, पहली फाइल से उन्होंने ये बारे कोई गौर नहीं किया ना, उधर कवर अप कर एक्सप्लेन किया कि भी ये क्यों होया इस तरह। नहीं नहीं सर, बिल्कुल नहीं। ठीक है ठीक है ठीक है, चलो चलो, दैट्स वंडरफुल। ते किस तरह लग्या सुखमन दा सारा फोल्डर बना के करके देखना? बाकी आई हैव टू गिव यू द राइट थिंग बिकॉज़ ही इज द मास्टर ऑफ स्पाउस वीजा। जिन्हें भी वड्डे वड्डे जिहड़े गुंझलदार स्पाउस वीजा वाले केस हैं, वो सारे मतलब के उदी बहुत पैनी निगाह है, उस तरह वो एनालाइज कर लेंदा कि भी इत्थे हो की रिहा है ते असीं बिल्कुल करना हाँ जी, की। बिल्कुल जी सर, बिल्कुल जी। मैं तुहानूं दसदा कि उन्हां ने जदों सुमन भाजी ने मेरी फाइल देखी, ठीक है जी, जो जो उन्हां ने सानूं गाइड किया जां उन्हां ने विच नेगेटिव पॉइंट चके, असीं खुद हैरान हो गए कि भी पंजाब वाले जिहदे कोलों लगवाई सी वो है तां बड़ा, उहदा नाम चल रहा सी उस टाइम कि भी बहुत उहदे कोल फाइल्स ने, जांदे लोग भी उत्थों। बट मैनूं जिहड़ा भी बाद विच सुमन भाजी ने दस्सिया कि ਉਹਨਾਂ ਨੇ ਫਾਈਲ ਤੇ ਤਾਂ ਵੀ ਕੁਝ ਵੀ ਨਹੀਂ ਕੀਤਾ ਸੀ, ਠੀਕ ਹੈ ਜੀ, ਫੋਟੋਗ੍ਰਾਫ ਚੱਕੇ ਚਿਪਕਾ ਤੇ, ਠੀਕ ਹੈ ਜੀ, ਫਾਈਲ ਦੇ ਵਿੱਚ ਲਗਵਾ ਤੇ। ਦੈਨ ਉਹਨਾਂ ਨੇ ਈਵਨ ਮੈਨੂੰ ਇਹ ਵੀ ਨਹੀਂ ਦੱਸਿਆ ਕਿ ਫੰਡਸ ਨੂੰ ਇੰਪਰੂਵ ਕਰਨਾ, ਉਹਨਾਂ ਨੇ ਸਿਰਫ 5.5 ਲੱਖ ਰੁਪਇਆ ਹੀ ਸ਼ੋ ਕਰਵਾਇਆ ਸੀ ਮੇਰੇ ਕੋਲੋਂ, ਠੀਕ ਹੈ ਜੀ, ਓਕੇ ਓਕੇ ਬਸ ਉਹਨਾਂ ਨੇ ਸਟੇਟਮੈਂਟ ਨਹੀਂ ਲਗਾਈ, ਉਹ ਕਹਿੰਦੇ ਬੈਲੈਂਸ ਸਰਟੀਫਿਕੇਟ ਲਗਾਵਾਂਗੇ। ਯਾ, ਤੇ ਬੈਲੈਂਸ ਸਰਟੀਫਿਕੇਟ ਨਾਲ ਵੀ ਗੱਲ ਬਣਦੀ ਨਹੀਂ ਐਕਚੁਅਲੀ। ਮੈਂ ਬਹੁਤ ਸਾਰੇ ਕੇਸ ਦੇਖਦਾ ਪੰਜਾਬ ਦੇ ਹਾਂ ਜਿੱਥੇ ਜੀ ਪਤਾ ਨਹੀਂ ਕਿਹੜੇ ਰੀਜ਼ਨ ਕਰਕੇ ਆਫਿਸ ਉਹ ਕਹਿੰਦੇ ਕਿ ਬੈਲੈਂਸ ਸਰਟੀਫਿਕੇਟ ਨਾਲ ਹੀ ਸਰ ਜਾਣਾ ਕੰਮ, ਲੇਕਿਨ ਉਹ ਉੱਥੇ ਪੂਰੀ ਡਿਟੇਲ ਤਫਸੀਲ ਪਤਾ ਨਹੀਂ ਲੱਗਦੀ ਕਿ ਵੀ ਪੈਸੇ ਕਿੱਥੋਂ ਆਏ, ਕਿਸ ਤਰ੍ਹਾਂ ਆਏ, ਕਿੱਥੋਂ ਪੈਸੇ, ਬਿਲਕੁਲ ਕਿਸੇ ਨੇ ਜੇ ਫਾਰਮ ਜਮ੍ਹਾਂ ਕਰਾਇਆ, ਕਿਸੇ ਨੇ ਕੋਈ ਇਨਕਮ ਆਈ ਹੈ ਕਿੱਥੋਂ ਆਏ, ਪਤਾ ਨਹੀਂ ਲੱਗਦਾ ਐਕਚੁਅਲੀ। ਕਈ ਵਾਰ ਅਸੀਂ ਲੋਕਾਂ ਨੂੰ ਕਹਿੰਦੇ ਕਿ ਵੀ ਤੁਸੀਂ ਠਹਿਰ ਜਾਓ, ਉਹ ਕਹਿੰਦੇ ਨਹੀਂ ਫਾਈਲ ਹੁਣੇ ਹੀ ਲਾਣੀ ਜੀ। ਮੈਂ ਕਹਿੰਦੇ ਠਹਿਰ ਜਾਓ, ਤੁਹਾਡੇ ਪੈਸੇ ਹੁਣ ਫਰੈਸ਼ ਪੈਸੇ ਹੈ, ਇਹਨੂੰ ਪਹਿਲਾਂ ਸਟੇਬਲਾਈਜ਼ ਹੋਣ ਦਿਓ। ਹਾਂ ਕਹਿੰਦੇ ਨਹੀਂ ਜੀ, ਜੀ, ਹੁਣ ਪਤਾ ਨਹੀਂ ਅਗਲਾ ਚਾਰਜ ਕਦੋਂ ਆਏਗਾ, ਲਾ ਦੂੰਗਾ, ਇਹ ਕਹਿੰਦਾ ਚੈੱਕ ਜਾਓਗੇ 100% ਇਹਨਾਂ ਪਰ। ਉਹ ਇਹ ਐਕਚੁਅਲੀ ਫੰਡਸ, ਮੈਂ ਜੋ ਜੋ ਚੀਜ਼ ਮੈਂ ਤੱਤ ਕਰਦੇ ਨੇ, ਜਿਹੜੇ ਪੰਜਾਬ ਦੀ ਸਪੈਸ਼ਲੀ ਐਪਲੀਕੇਸ਼ਨ ਹੈ, ਉਹ ਮੇਰੇ ਖਿਆਲ ਹੈ ਕਿ 80 to 90% ਫੰਡਸ ਕਰਕੇ, ਪੈਸੇ ਕਰਕੇ ਰਿਫਿਊਜ਼ ਹੁੰਦੀ ਹੈ। ਸਰ, ਸੁਖਮਨ ਭਾਜੀ ਨੇ ਸਾਡੇ ਤੋਂ ਵੇਟ ਵੀ ਕਰਵਾਈ, ਨੋ ਡਾਊਟ। ਉਹ ਕਹਿੰਦੇ ਕਿ ਆਪਾਂ ਨੇ ਜਿਹੜੇ ਫੰਡਸ ਇੰਪਰੂਵ ਕਰਨੇ ਆ, ਡਾਇਰੈਕਟ ਫੰਡਸ ਨਹੀਂ ਪਾਉਣੇ। ਉਹਨਾਂ ਨੇ ਸਾਰੀਆਂ ਕੁਛ ਦੱਸਿਆ ਵੀ ਇੱਦਾਂ ਇੱਦਾਂ ਲਿਮਿਟ ਦੇ ਵਿੱਚ ਤੁਸੀਂ ਥੋੜੇ ਆਪ ਜਮ੍ਹਾਂ ਕਰਵਾਉਣੇ ਆ, ਕਿਸ ਤਰ੍ਹਾਂ ਕਰਵਾਉਣੇ ਆ, ਕਿਸ ਤਰ੍ਹਾਂ ਅਕਾਊਂਟ ਨੂੰ ਰੋਟੇਟ ਕਰਨਾ ਹੈ, ਵੀ ਚੱਲਦਾ ਰਹੇ ਉਹਦੇ ਵਿੱਚ, ਐਂਟਰੀਜ਼ ਘੁੰਮਦੀਆਂ ਰਹਿਣ। ਸੋ ਉਹਨਾਂ ਨੇ ਸਾਡੇ ਤੋਂ ਵੀ ਵੇਟ ਵੀ ਕਰਵਾਈ ਕਿ ਭਾਜੀ ਇੰਪਰੂਵ ਕਰਨਾ ਹੈ। ਔਰ ਹਾਂ, ਲਾਸਟ ਤੇ ਉਹਨਾਂ ਨੇ ਕਿਹਾ ਵੀ ਬੈਲੈਂਸ ਸਰਟੀਫਿਕੇਟ ਨਹੀਂ ਹੈਗਾ, ਦੈਟਸ ਓਕੇ, ਕਿ ਪਰ ਜੇ ਸਟੇਟਮੈਂਟ ਆਪਾਂ ਨੂੰ ਬਹੁਤ ਜ਼ਰੂਰੀ ਹੈ, ਜੋ ਵੀਜ਼ਾ ਆਫੀਸਰ ਨੂੰ ਚਾਹੀਦੀ ਹੈ ਉਸਦੇ ਆਪਾਂ ਨੂੰ ਸਟੇਟਮੈਂਟ ਬਹੁਤ ਜ਼ਰੂਰੀ ਹੈ। ਤੇ ਉਹਨਾਂ ਨੇ ਵੇਟ ਕਰਵਾ ਕੇ ਕੁਛ ਕੰਟਰੀਜ਼ ਵਿੱਚ ਜੋ ਸੀਗੀਆਂ ਗਲਤ, ਉਹਨਾਂ ਨੇ ਉਹ ਪਹਿਲਾਂ ਕਰਵਾਈਆਂ ਕਿ ਵੀ ਨਹੀਂ, ਇਹਨਾਂ ਨੂੰ ਪਿੱਛੇ ਨਿਕਲ ਲੈਣ ਦਿਓ, ਉਸ ਤੋਂ ਅੱਗੇ ਦੀ 6 ਮੰਥ ਦੀ ਜਿਹੜੀ ਆਪਣੀ ਸਟੇਟਮੈਂਟ ਕਲੀਅਰ ਹੋ ਜਾਊਗੀ ਫਿਰ। ਜੀ 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 ਇਸ ਤੋਂ ਇਲਾਵਾ ਵੀ ਤੁਹਾਡੇ ਕੋਈ ਕੰਟਰੀ ਦੇ ਵੀਜ਼ੇ ਲੱਗੇ ਸੀ ਇਹ ਪੁਰਾਣਾ, ਜਾਂ ਇਹ ਕੈਨੇਡਾ ਦੇ 2 ਵਾਰ ਰਿਫਿਊਜ਼ ਹੋਇਆ, ਹੋਰ ਤੇ ਕੋਈ? ਨਹੀਂ ਸਰ, ਕੈਨੇਡਾ ਹੀ ਰਿਫਿਊਜ਼ ਹੋਇਆ ਜੀ 2 ਵਾਰ, ਫਸਟ ਠੀਕ, ਟਾਈਮ ਹੀ ਸੀ। ਫਸਟ ਟਾਈਮ ਠੀਕ ਹੈ ਠੀਕ ਹੈ ਠੀਕ ਹੈ। ਤੇ ਇੱਕ ਹੋਰ ਚੀਜ਼, ਮੈਂ ਇੱਕ ਹੋਰ ਮੇਰੇ ਮਨ 'ਚ ਇਹ ਸਵਾਲ ਹੈ ਕਿ ਜਿਹੜਾ ਤੁਸੀਂ ਆਪਣੀ ਤੁਹਾਡੀ ਦੁਕਾਨ ਸੀ ਆਪਣੀ ਫੁੱਟਵੇਅਰ ਦੀ, ਹਾਂਜੀ ਸਰ, ਹਾਂਜੀ ਤੁਹਾਡੇ ਆਪਣੇ ਨਾਮ? ਹਾਂਜੀ ਅੱਛਾ, ਸੋ ਉਹਦਾ ਤੁਸੀਂ ਜਿਹੜੇ ਜਿਹੜੇ ਕਾਗਜ਼ ਵਗੈਰਾ ਦਿਖਾਏ, ਜਿਹੜੇ ਆਪਣੇ ਕੋਈ ਦੁਕਾਨ ਦੇ, ਕਿਹੜੇ ਕਿਹੜੇ ਕਾਗਜ਼ ਦਿਖਾਏ ਤੁਸੀਂ ਦੁਕਾਨ ਕੇ? ਦੁਕਾਨ ਤੁਹਾਡੇ ਨਾਮ ਹੈ, ਇਨਕਮ ਤੁਹਾਡੇ ਨਾਮ ਚੱਲ ਰਹੀ ਹੈ? ਸਰ, ਮੈਰਿਜ ਸਰ ਆਪਣਾ, ਸੋਰੀ, ਸ਼ੋਪ ਦੀ ਰਜਿਸਟ੍ਰੇਸ਼ਨ ਦਿਖਾਈ ਸੀਗੀ ਜੀ, ਓਕੇ ਸ਼ੋਪ ਦੇ ਆਪਣਾ ਜੋ ਸੀਗੇ ਬਿਲਸ ਵਗੈਰਾ, ਜੋ ਮੇਰੇ ਆਪਣਾ ਬਿਲਸ ਆਉਂਦੇ ਵੀ ਸੀ ਔਰ ਜਾਂ ਮੈਂ ਕੱਟ ਰਿਹਾ ਸੀ, ਜੀ ਉਹ ਪ੍ਰੂਫ ਜੋ ਸੀ, ਰਿਸਿਪਟਸ ਵਗੈਰਾ ਜੋ ਵੀ ਸੀ, ਵੀ ਮੈਂ ਪੇਮੈਂਟ ਕਰਦਾ, ਉਹ ਸਾਰਾ ਦਿਖਾਇਆ ਸੀਗਾ ਜੀ। ਜੀ ਓਕੇ ਓਕੇ, ਹਾਂ ਦੈਟਸ ਜੀ, ਗੁੱਡ ਦੈਟਸ ਗੁੱਡ। ਕਈ ਵਾਰ ਲੋਕਾਂ ਦੇ ਹੁੰਦਾ ਕਿ ਵੀ ਦੁਕਾਨ ਤੇ ਬੈਠੇ ਅਸੀਂ ਆ, ਲੇਕਿਨ ਹੋਇਆ ਹੈ, ਹੋ ਸਕਦਾ ਸਿਰਫ ਫਾਦਰ ਦੇ ਨਾਮ ਹੈ, ਤਾਇਆ ਜੀ ਦੇ ਨਾਮ ਹੈ, ਫਲਾਣਾ ਨਾਮ, ਸੋ ਉਹ ਗੱਲ ਬਣਦੀ ਨਹੀਂ ਐਕਚੁਅਲੀ। ਸੋ ਉਹਨਾਂ ਕੋਲ ਕਲੈਰਿਟੀ ਨਹੀਂ ਹੁੰਦੀ ਹੈ। ਬਾਕੀ ਚਲੋ, ਇਟਸ ਵੰਡਰਫੁਲ ਐਕਚੁਅਲੀ, ਔਰ ਥਿੰਗਸ ਵਾਸ ਪ੍ਰੀਟੀ ਮੱਚ ਕਲੀਅਰ। ਤੁਹਾਡੀ ਵਾਈਫ ਮੇਰੇ ਖਿਆਲ ਅਰਲੀ ਚਾਈਲਡਹੁੱਡ ਐਜੂਕੇਸ਼ਨ ਕਰ ਰਹੀ ਹੈ ਹਰਜਿੰਗ ਕਾਲਜ ਤੋਂ, ਜੀ ਤੇ 3-4 ਮਹੀਨੇ ਬਾਅਦ ਉਹਨਾਂ ਦਾ ਸ਼ਾਇਦ ਖਤਮ ਵੀ ਹੋਣ ਵਾਲਾ ਕੋਰਸ। ਹਾਂਜੀ ਹਾਂਜੀ ਸਰ, ਅੱਛਾ, ਫਿਰ ਕੀ ਪਲਾਨਿੰਗ ਹੈ ਉਹਨਾਂ ਦੀ? ਸਰ ਉਸ ਤੋਂ ਬਾਅਦ ਵਰਕ ਪਰਮਿਟ ਹੈ ਜੀ, ਅਪਲਾਈ ਕਰਾਂਗੇ।
अच्छा, एक जॉब। कोविड दा केस सर जिहड़ा हैगा वी बहुत इत्थे होया पिया है, अपना क्वारंटीन दे चक्करां दे विच इहदी इंटर्नशिप मेरी वाइफ दी लगी सी डे केयर दे विच, उत्थे कुछ कु बच्चे पॉजिटिव आ गए, सो उहनां नूं उहनां ने जिहड़ा है क्वारंटीन दे लई उहनूं वी मतलब ऑफ करते डे केयर। हां जी, जी चलो वो तो जो है सो है, जो है उसके सारे सारे दिन नाल ही चलना है। तुसी जो भी कोई क्वारंटीन हो रही है, इस तरह कुछ भी हो रहा है, पर मॉन्ट्रियल तुसी आए हो इतने, तुसी बाहर निकल के जिस तरह तुसी देखा माहौल वाला, तुहानू इस तरह की फीलिंग लगती है कि इतने ज़्यादा फ्रेंच वाला ज़्यादा लोग बोलते हैं, तो जी फ्रेंच तुहानू पता नहीं, तुहानू कम्यूनीकेशन प्रॉब्लम है, कुछ इस तरह की कुछ है फीलिंग? हाँ जी सर, ये थोड़ा है अपना भी प्रायोरिटी इतने फर्स्ट लैंग्वेज तो फ्रेंच ही है जी, जी कुछ भी कितने कुछ भी लिखा हुआ है, कोई बोर्ड साइन बोर्ड भी है उससे पहला फ्रेंच लिखी हुई है, दैन तुम्हें इंग्लिश लभनी पैंती है भी कितने लिखी हुई है, जी जी सो वो अपना भी थोड़ा जहा ये तो लगता है कि भी बंदा भी के कितने यार ये बोलते की है पे है बोली जाते तुहाडे वाइफ बोलते हैं फ्रेंच थोड़ी बहुत कि नहीं? सर। हाँ जी वो A1 लेवल तो उन्होंने सीगा भी जड़ा A1 A2 दे करीब दे लेवल ते पहुंचे ने, तो जी कहंदे सीगे एक्चुअली स्टडी दे नाल फ्रेंच फिर जिवें जिवें लेवल औखे हुंदे जांदे आ फिर थोड़ा जा स्टडी तो टाइम नहीं लगदा नाल फ्रेंच जी जी ते फोकस करन लई, सो कहंदे सीगे एक बार स्टडी कंप्लीट होण तो बाद ही फ्रेंच नूं आपां करांगे। जी तुसी जलंधर तो आए हो ना मेरे ख्याल, हाँ जी सर, डिस्ट्रिक्ट जलंधर है, लोहिया खास है जी। लोहिया खास। हाँ जी जिहड़े पंजाब तुहाडी गलबात सुन रहे हैं, देख रहे हैं, जिहड़े होर आस कर रहे हैं कि स्पाउस वीजा लैके मैं भी विक्रम दे तरीके नाल मैं भी मॉन्ट्रियल जाके कोई झंडे झाड़ देने, उत्थे उत्थे कर देना कोई कोई कमाइयां करनी, कुछ करनी, उन्हां लई तुसी कोई सजेशन, कोई राय उन्हां नूं दियोगे जिहड़े अज सोच रहे हैं कि भी क्यूबेक जाके, या क्यूबेक या ईवन आउटसाइड क्यूबेक जाके असी कुछ कर लेना, उन्हां लई की तुहाडे टिप्स हो सकदे हैं कि भी तुसी की करना है, कैनेडा आने तों पहलां की तैयारी करनी है तुसी? सर, मैं उन्होंने ये जिन्नी उत्थे लोगों के बच्चे जां भी स्पाउस दे बच्चे जां किसी दे बच्चे भी एक्साइटमेंट है भी कैनेडा जाके पता नहीं असी भाई जाते ही की कर देना, या उन्होंने लिए तो मैं यही कहूँगा कि भी भाई ये तो कैनेडा स्टेप रखना जिहड़ा कैनेडा च पहुँच के वो पहली स्टेज है, सिर्फ एक तुसी एंटर किते अगे आए पहाड़ जिहड़ा टप्पना है, जी, अगर पहाड़ पे आए वो तुसी पहाड़ दी पहली जड़ी है स्टेप ते पैर रखे है सिर्फ हले कनाडा जड़ा एंटर कीते तुसी, अगे आके पता लगता है इत्थे लाइसेंस ली भी थोनू जड़ा है क्या पता लग जाएगा भी इंडिया ते ता लाइसेंस आपां जस्ट गए हां भाई बहुत इत्थे इजी है, पर इत्थे आके नॉलेज टेस्ट दे स्टेज बाय स्टेज लाइसेंस क्लियर कर वो बंदे नूं पता लगता भी यार इत्थे वाकई ही भी स्टेप पहाड़ जड्डा कम है, जी, एक्साइटमेंट नाल बंदा उत्थों जहाज च बैठदा है भी मैं पता नहीं जाके कनाडा की कर लेना। या आई नो, लॉट ऑफ पीपल थिंक कि भाई मैं जाते सार मेरे लिए उसे डॉलर की छपाई शुरू हो जाएगी जी, दरख्तों से डॉलर लगे जी, मैं तो बस माला माल हो जाना। सो रियलिटी कुछ होर चीज़ है। बाकी तुसी तो मेरे ख्याल कुछ कंप्यूटर का एप्लीकेशन का भी कोर्स करके आए हो पंजाब, तो सर मैं उधर BCA है। BCA ते हाँ जी उदी नॉलेज फ्रेश है, तुसी इस तरह की जॉब देख रहे हो, की कर रहे हो, किस तरह जॉब वगैरह कुछ मिल रही है? सर बिल्कुल, उधर भी ट्राई मतलब मैं नाल जेड़ा है रखूंगा फोकस, बट मैं जेड़ा है मेन कनाडा जदों बंदा कोई भी फ्रेश आंदा है वो सब तो पहला जेड़ा है भी एक तो फाइनेंशियली वो टुटिया पिया होंदा है जी, सुन मैं सीधी गल दसा जी, वो पहला वो जॉब लभदा है जिहदे विच कुछ डॉलर मिलन ज्यादा, वो ऑफ कोर्स, उस जॉब नू करन दे लई एग्री हुंदा है, मैनू जित्थों तक लगदा है कि भी यार कोई नहीं डॉलर ज्यादा मिलन आप कर लांगे यह काम भी चाहे औखा ही है। जी। ड्राइविंग ड्राइविंग के बारे में की सोच है? कई लोग पंजाब तो मैंने पूछने कि सर जी असी जाना ही जाके कनाडा जाके ट्रक चलाना, ट्रक सुना है असं 8-10 डॉलर, 10-10 हज़ार डॉलर बनते हैं, ट्रक के बारे तुम की देखा, की एक्सपीरियंस किया है? सर मेरा मैं कहूँ भी मैं ना इंडिया दे विच 10 साल 10 तो 12 साल ड्राइविंग की है, अपनी कार चलाई है, किराया रहिंदा सही, मैं कोई टैक्सी नहीं फैमिली कार, जी, तो मेरा 10 साल का जिहड़ा एक्सपीरियंस है, मेरा कुछ इंटरेस्ट भी है, मैं एवं कहां भी मैं ड्राइविंग दे विच कुछ इंटरेस्ट भी रखना है, तो नंबर दो दी गल रही भी ट्रक वाली ठीक है जी, नो डाउट उस लाइन दे विच उस बिजनेस दे विच पैसे हैगे ने, पर जिस बंदे दा इंटरेस्ट है वो जरूर करे, ऑफ करदा कोर्स, भी है नो डाउट वो करदा भी है ठीक है जी, पर इंडिया दे विच जिहड़ी ट्रकिंग दी इमेज कुछ होर है
ਠੀਕ ਹੈ ਜੀ ਉਹ ਕਹਿੰਦੇ ਲੈ ਟਰੱਕ ਚਲਾਉਣਾ ਜਾ ਕੇ ਆਪਾਂ ਨਾ ਨਾ ਸਾਡਾ ਬੱਚਾ ਸਿਟਿੰਗ ਜੋਬ ਕਰੂ ਪਰ ਮੇਰਾ ਇੱਕ ਫਰੈਂਡ ਹੈ ਜਿਹਨੇ ਜੀ ਸਿਟਿੰਗ ਜੋਬ ਇੱਥੇ ਪੜ੍ਹਿਆ ਬਹੁਤ ਉੱਥੋਂ ਪਹਿਲਾਂ ਗ੍ਰੈਜੂਏਸ਼ਨ ਕਰਕੇ ਆਇਆ ਜੀ ਆਪਣਾ ਇੰਜੀਨੀਅਰਿੰਗ ਕਰਕੇ ਆਇਆ ਇੱਥੇ ਆ ਕੇ ਵੀ ਬਹੁਤ ਵਧੀਆ ਪੜ੍ਹਿਆ ਉਹਨੇ ਇੰਟਰਵਿਊਜ਼ ਵਗੈਰਾ ਕਲੀਅਰ ਕਰਕੇ ਜੋਬ ਲਿੱਤੀ ਠੀਕ ਹੈ ਜੀ ਉਹ ਜੋਬ ਮਿਲੀ ਉਹਨੂੰ ਉਹ ਕਹਿੰਦਾ ਯਾਰ ਮੈਨੂੰ ਤਾਂ ਇੱਥੇ $5,000 ਹੀ ਵੀ ਬਣਦਾ ਮੇਰੇ ਨਾਲ ਦੇ ਟਰੱਕ ਚਲਾਉਂਦੇ $9,000-$10,000 ਬਣਾ ਰਹੇ ਉਹ ਕਰਨ ਤੋਂ ਬਾਅਦ ਵੀ ਆਪਦੀ ਜੋਬ ਛੱਡਣ ਲਈ ਐਗਰੀ ਹੋ ਗਿਆ ਕਹਿੰਦਾ ਮੈਂ ਵੀ ਟਰੱਕ ਚਲਾਉਣਾ ਪਾਕਿਸਤਾਨ ਦੀ ਸੀਗਾ ਐਕਚੁਲੀ ਉਹ ਪੀ ਆਰ ਬਣਨ ਦੇ ਬਾਅਦ PNP ਦੇ ਥਰੂ ਪੀ ਆਰ ਬਣ ਗਿਆ ਤੇ ਆਟੋਮੈਟਿਕਲੀ ਵਿਦਇਨ ਫਿਊ ਵੀਕਸ ਉਹ ਮਤਲਬ ਗਿਆ ਇੱਥੋਂ ਓਨਟਾਰੀਓ ਚਲਾ ਗਿਆ ਤੇ ਮੈਂ ਮੇਰੇ ਨਾਲ ਉਹ ਕਹਿੰਦੇ ਮੈਂ ਤਾਂ ਟਰੱਕ ਚਲਾ ਰਿਹਾ ਜੀ ਬਲਕਿ ਬਹੁਤ ਪੜ੍ਹਾ ਲਿਖਿਆ ਸੀ ਕੰਪਿਊਟਰ ਜੋਬ ਕਰਦਾ ਜੀ ਕਹਿੰਦੇ ਜੀ ਮੈਂ ਟਰੱਕ ਦੇ ਇੰਡੀਪੈਂਡੈਂਟ ਕੰਮ ਕਰਦਾ ਜੀ ਟਰੱਕ ਤੇ ਉਹ ਆਪਣੇ ਅਮਰੀਕਾ ਲੈ ਕੇ ਜਾਂਦਾ ਸੀ ਲੋਡ ਹਰ ਇੱਕ ਹਫ਼ਤੇ ਤੇ ਕਹਿੰਦਾ ਜੀ $8,000-$10,000 ਬੰਦੇ ਹੀ ਬਣਦੇ ਬਿਲਕੁਲ ਹਾਂਜੀ ਸਰ ਬਿਲਕੁਲ ਬਣਦੇ ਆ ਜੀ ਮੈਂ ਤੁਹਾਨੂੰ ਦੱਸਦਾ ਇੰਡੀਆ ਦੇ ਵਿੱਚ ਇੱਕ ਇਸ ਕੰਮ ਨੂੰ ਕਹਿੰਦੇ ਆ ਵੀ ਇਮੇਜ ਨੂੰ ਇਸ ਕੰਮ ਦੀ ਇਮੇਜ ਨੂੰ ਇੱਕ ਡਿਲੀਵਰੀਜ਼ ਦੇ ਕੰਮ ਨੂੰ ਕਹਿੰਦੇ ਨੇ ਮੈਂ ਐਗਰੀ ਆ ਜੀ ਮੈਂ ਆਪਾਂ ਕਹਿੰਦੇ ਆ ਵੀ ਆਪਾਂ ਜੋ ਕੁਛ ਵੀ ਆ ਮੈਂ ਕਹਿੰਦਾ ਵਾ ਮੈਂ ਸ਼ੌਂਕ ਨਾਲ ਵੀ ਮੈਂ ਡਰਾਈਵਿੰਗ ਲਾਇਸੈਂਸ ਲੈਣ ਤੋਂ ਬਾਅਦ ਡਿਲੀਵਰੀਜ਼ ਕਰੂੰਗਾ ਜੀ ਠੀਕ ਹੈ ਜੀ ਟਰੱਕ ਵੀ ਚਲਾਊਂਗਾ ਉਸ ਤੋਂ ਬਾਅਦ ਜੋ ਮੇਰਾ ਟਰੱਕ ਦਾ ਲਾਇਸੈਂਸ ਮਿਲ ਗਿਆ ਕਿਉਂਕਿ ਇੱਕ ਤਾਂ ਚਲੋ ਵੀ ਫਾਈਨੈਂਸ਼ਲੀ ਤਾਂ ਠੀਕ ਹੈ ਸਭ ਕੁਛ ਬੰਦੇ ਦਾ ਇਹ ਵੀ ਆ ਡਰਾਈਵਿੰਗ ਨੂੰ ਲੈ ਕੇ ਜਿਹੜਾ ਬੰਦੇ ਦਾ ਸ਼ੌਂਕ ਹੈ ਕਿਸੇ ਦਾ ਵੀ ਹਾਂ ਵੀ ਇੰਡੀਆ ਦੇ ਵਿੱਚ ਅਗਰ ਮੈਂ 10 ਸਾਲ ਡਰਾਈਵਿੰਗ ਕੀਤੀ ਮੈਨੂੰ ਪਤਾ ਇੰਡੀਆ ਦੇ ਰੋਡ ਕਿੰਨੀ ਕੰਜੈਸ਼ਨ ਹੈ ਉਸ ਰੋਡ ਤੇ ਕਿਆ ਹੈ ਕਿੰਨਾ ਡਿਫੀਕਲਟ ਹੈ ਉੱਥੇ ਚਲਾਉਣਾ ਉਹਦੇ ਕੰਪੈਰੇਟਿਵਲੀ ਕੈਨੇਡਾ ਦੇ ਵਿੱਚ ਤਾਂ ਬਹੁਤ ਸੌਖਾ ਹੈ ਡਰਾਈਵ ਕਰਨਾ ਹਰੇਕ ਬੰਦੇ ਨੂੰ ਸਾਹਮਣੇ ਲਿਖੇ ਹੋਏ ਆ ਪੜ੍ਹ ਕੇ ਉਹ ਫਾਲੋ ਕਰੀ ਜਾਓ ਬਹੁਤ ਈਜ਼ੀ ਹੈ ਜੀ 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 ਇੱਕ ਚੀਜ਼ ਹੋਰ ਮੈਂ ਇੱਕ ਦੈਟਸ ਮਾਈ ਲਾਸਟ ਕੁਐਸਚਨ ਅਬਾਊਟ ਯੂ ਇਜ਼ ਕਿ ਤੁਹਾਡੀ ਵਾਈਫ ਨੇ ਹੁਣ ਵਰਕ ਪਰਮਿਟ ਲੈ ਕੇ ਜੋਬ ਕਰਨੀ ਹੈ ਜੋ ਵੀ ਜੋਬ ਕਰਨੀ ਹੈ ਉਹਨਾਂ ਦਾ ਪੱਕੇ ਹੋਣ ਦਾ PR ਹੋਣ ਦਾ ਕੀ ਉਹਨਾਂ ਦਾ ਪਲੈਨਿੰਗ ਹੈ ਕਿਉਂਕਿ ਕਿਊਬੈਕ ਵਿੱਚ ਪੱਕੇ ਹੋਣ ਲਈ ਅਗਰ ਕਿਊਬੈਕ ਦਾ ਅਗਰ ਤੁਸੀਂ ਸੋਚੋ PNP ਮਿਲੇਗੀ ਤੇ ਐਟਲੀਸਟ 2 ਸਾਲ ਇੱਥੇ ਕੰਮ ਕਰਨਾ ਪਏਗਾ ਉਹਨਾਂ ਨੂੰ ਫਿਰ ਫਰੈਂਚ ਲੈਵਲ ਚਾਹੀਦੀ ਹੈ ਮਿਨੀਮਮ ਲੈਵਲ 6 ਤੇ ਉਹ ANP ਸਕਿੱਲ ਜੋਬ ਚਾਹੀਦੀ ਸੋ ਇਹ ਇਹ ਥੋੜ੍ਹੀ ਜਿਹੀ ਮੁਸ਼ਕਿਲ ਮੁਸ਼ਕਿਲ ਚੀਜ਼ ਹੈ ਟੇਢੀ ਖੀਰ ਹੈ ਸ਼ਾਇਦ ਕਿ 2 ਸਾਲ ਵੇਟ ਕਰਨ ਦੇ ਬਾਅਦ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਛੋਟੀ ਪ੍ਰੋਵਿੰਸ ਵਿੱਚ ਮਤਲਬ ਨਾਟ ਛੋਟੀ ਮਤਲਬ ਕਿਸੇ ਹੋਰ ਇੰਗਲਿਸ਼ ਸਪੀਕਿੰਗ ਪ੍ਰੋਵਿੰਸ 'ਚ ਅਗਰ ਮੂਵ ਕਰਕੇ ਐਂਡ ਨਾਟ ਓਨਟੈਰੀਓ ਕਿਊਬੈਕ ਓਨਟੈਰੀਓ ਛੱਡ ਕੇ ਕਿਤੇ ਹੋਰ ਜਾ ਕੇ ਅਗਰ ਉਹ ਉਹਨਾਂ ਨੂੰ ਜੋਬ ਮਿਲਦੀ ਹੈ ਉੱਥੇ ਜ਼ਿਆਦਾ ਉਹਨਾਂ ਦੀ PR ਫਾਈਲ ਛੇਤੀ ਲੱਗ ਸਕਦੀ ਹੈ ਕੀ ਸੋਚ ਰਹੀ ਹੈ ਪਲਾਨ ਦੇ ਬਾਰੇ ਇਸ PNP ਦੇ ਬਾਰੇ ਥੋੜ੍ਹਾ ਪਲਾਨ ਕਰ ਰਹੇ ਹਾਂ ਕਿ ਵੀ ਜਿਹੜਾ ਹੈਗਾ ਕਿ ਕਿਤੇ ਮੂਵ ਕੀਤਾ ਜਾਵੇ ਜਾਂ ਵਿਨੀਪੈਗ ਸਾਈਡ ਮੈਨੀਟੋਬਾ ਦੇ ਵਿੱਚ ਜਾਂ ਯੂਕੋਨ ਹੈ ਆਪਣਾ ਬ੍ਰੁਨਸਵਿਕ ਵਗੈਰਾ ਹੈ ਜੀ ਉਹ ਅਸੀਂ ਇਹ ਸੋਚਦੇ ਹਾਂ ਕਿ ਜਿੱਥੇ ਥੋੜ੍ਹਾ ਆਪਣਾ ਇੱਕ ਇੰਗਲਿਸ਼ ਸਪੀਕਿੰਗ ਠੀਕ ਹੈ ਜੀ ਪ੍ਰੋਵਿੰਸ ਹੋਣ ਐਂਡ ਥੋੜ੍ਹਾ ਉੱਥੇ ਈਜ਼ੀਲੀ ਵੀ ਜਿਹੜੀ PR ਨੂੰ ਆਪਣਾ ਕਰ ਸਕੀਏ ਜੀ 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 I'm sure ਉਹ ਕਰੇਗੀ ਪਲੈਨਿੰਗ ਸੋ ਹੇ ਥੈਂਕ ਯੂ ਵੈਰੀ ਮੱਚ ਵਿਕਰਮ ਤੁਹਾਡੇ ਨਾਲ ਗੱਲਬਾਤ ਕਰਕੇ ਹਮੇਸ਼ਾ ਨਵੇਂ ਨਵੇਂ ਲੋਕਾਂ ਨਾਲ ਨਵੇਂ ਕਲਾਇੰਟਸ ਨਾਲ ਗੱਲ ਕਰਕੇ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ ਇਹ ਮੈਨੂੰ ਪਤਾ ਵੀ ਨਹੀਂ ਸੀ ਕਿ ਐਕਚੁਲੀ ਕਿ ਵੀ ਜਿਹੜਾ ਤੁਸੀਂ ਦੱਸਿਆ ਏਅਰਪੋਰਟ 'ਤੇ ਇਸ ਤਰ੍ਹਾਂ ਦੀ ਇਨਕੁਆਇਰੀ ਜਿਸ ਤਰ੍ਹਾਂ ਤੁਹਾਡੇ ਨਾਲ ਕੀਤੀ ਹੈ ਮਤਲਬ ਕਿਸੇ ਹੋਰ ਨਾਲ ਵੀ ਡੈਫੀਨੇਟਲੀ ਹੋ ਸਕਦੀ ਹੈ ਸੋ ਪੀਪਲ ਸ਼ੁੱਡ ਬੀ ਪ੍ਰਪੇਅਰਡ ਜਾਂ ਤੁਸੀਂ ਸਪਾਊਸ ਵੀਜ਼ਾ ਲੈ ਕੇ ਪਹੁੰਚਦੇ ਹੋ ਇਹ ਨਾ ਸੋਚੋ ਕਿ ਸਪਾਊਸ ਵੀਜ਼ਾ ਮਿਲ ਗਿਆ ਬਾਕੀ ਸਾਰੇ ਡਾਕੂਮੈਂਟ ਨੂੰ ਤੁਸੀਂ ਡਿਲੀਟ ਕਰ ਦਿਓ ਡਿਸਕਾਰਡ ਕਰ ਦਿਓ ਤੁਹਾਡੇ ਕੋਲ ਡਾਕੂਮੈਂਟਸ ਮੇਨਟੇਨ ਹੋਣੇ ਚਾਹੀਦੇ ਹੈ ਐਟ ਆਲ ਟਾਈਮ ਕਿਉਂਕਿ ਜਿਸ ਤਰ੍ਹਾਂ ਵਿਕਰਮ ਨੂੰ ਪੁੱਛਿਆ ਕਿ ਵੀ ਹੋ ਸਕਦਾ ਕਿ ਤੁਹਾਡੇ ਤੋਂ ਵੀ ਦੁਬਾਰਾ ਤੋਂ ਉਹ ਡਾਕੂਮੈਂਟਸ ਪੁੱਛ ਸਕਦੇ ਹੈ ਕਿਉਂਕਿ ਤੁਹਾਡੇ ਐਕਚੁਲੀ ਪੁਰਾਣੇ ਜੋ ਰਿਫਿਊਜ਼ਲ ਸੀ ਨਾ ਉਹ ਰਿਫਿਊਜ਼ਲ ਵਿੱਚ ਉਹਨਾਂ ਨੇ ਖਾਸ ਪਾਇਆ ਸੀ ਕਿ ਵੀ ਪ੍ਰੂਫ ਆਫ ਮੈਰਿਜ ਨਹੀਂ ਸੀ ਉਸ ਟਾਈਮ ਫਸਟ ਟਾਈਮ ਹੋ ਸਕਦਾ ਕਿ ਇਸ ਕਰਕੇ ਉਹਨਾਂ ਨੇ ਨੋਟਸ ਦੇ ਕੇ ਤੁਹਾਡੇ ਤੋਂ ਸੋਚਿਆ ਹੋਣਾ ਪਤਾ ਨਹੀਂ ਸ਼ਾਇਦ ਮੂਡ ਉਹਦਾ ਆ ਗਿਆ ਕਿ ਵੀ ਇਹਦਾ ਇੰਟਰਵਿਊ ਲਿਆ ਜਾਏ ਪਰ ਸਾਰਿਆਂ ਨੂੰ ਪ੍ਰਿਪਰੇਸ਼ਨ ਆਪਣੀ ਪੂਰੀ ਰੱਖਣੀ ਚਾਹੀਦੀ ਹੈ ਨੋ ਮੈਟਰ ਉਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਕਿ ਨਹੀਂ ਹੈ ਪ੍ਰੂਫ ਆਫ ਮੈਰਿਜ ਦਾ ਐਟ ਦ ਡੈਲੀ ਸਟੇਜ ਸੋ ਮੈਂ ਕਿ ਆਪਣਾ ਜਿਹੜਾ ਹੈ ਨਾ ਮੈਂ ਵੀ ਪ੍ਰਿਪੇਅਰ ਨਹੀਂ ਸੀ ਇਸ ਚੀਜ਼ ਨੂੰ ਲੈ ਕੇ ਜੀ ਜਦੋਂ ਉਹਨਾਂ ਨੇ ਮੈਨੂੰ ਕੁਐਸਚਨਿੰਗ ਕਰਨੀ ਸ਼ੁਰੂ ਕਰ ਦਿੱਤੀ ਉਦੋਂ ਮੈਂ ਇੱਕਦਮ ਸ਼ੌਕ ਹੋਇਆ ਮੈਂ ਕਿਹਾ ਯਾਰ ਜੋ 2 ਸਾਲ ਤੋਂ ਚੱਲਦਾ ਰਿਹਾ ਅੱਜ ਫਿਰ ਉਹੀ ਖੜਾ ਹੋ ਗਿਆ ਸੋਈ ਖੜੀ ਹੋ ਗਈ ਆ ਵੀ ਲਵ ਮੈਰਿਜ ਪ੍ਰੂਵ ਕਰੋ ਉਹ ਕਰੋ ਯੇ ਕਰੋ ਵੋ ਕਰੋ ਦੈਨ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਵੀ ਸਾਰੇ ਜਿੰਨੀ ਦੇਰ ਤੱਕ ਤੁਹਾਡੇ ਹੱਥ ਦੇ ਵਿੱਚ ਵਰਕ ਪਰਮਿਟ ਨਹੀਂ ਆ ਜਾਂਦਾ ਉਨੀ ਦੇਰ ਤੱਕ ਕੋਈ ਵੀ ਤੁਸੀਂ ਡਾਕੂਮੈਂਟ ਨੂੰ ਛੱਡੋ ਨਾ ਆਪਣੇ ਹੱਥ ਵਿੱਚ ਰੱਖੋ ਪਲੱਸ ਪ੍ਰਿਪੇਅਰ ਹੋ ਕੇ ਹੀ ਜਿਹੜਾ ਫਸਟ ਟਾਈਮ ਕੋਈ ਵੀ ਸਪਾਊਸ ਆ ਰਿਹਾ ਉਹ ਫਸਟ ਟਾਈਮ ਜਿਹੜਾ ਆ ਰਿਹਾ ਨਾ ਉਹ ਪ੍ਰਿਪੇਅਰ ਹੋ ਕੇ ਹੀ ਆਵੇ ਜੋ ਫਾਈਲ ਲਗਾਈ ਹੈ ਜੋ ਆਪਣਾ ਹੈ ਵੀ ਉਹ ਤੁਹਾਨੂੰ ਪੁੱਛਣਗੇ ਹੀ ਪੁੱਛਣਗੇ ਅਗਰ ਉਹਨਾਂ ਨੇ ਤੁਹਾਨੂੰ ਛੱਡ ਦਿੱਤਾ ਤਾਂ ਇਟ ਮੀਨਸ ਤੁਹਾਡਾ ਲੱਕ ਹੈ
Yeah, I know it's all also psychology officer कौन है की दी सोच है किस तरह का अग्रेसिव नेचर है तुहाडे फेस एक्सप्रेशन किस तरह दे बहुत सारी जजमेंट ऑन द स्पॉट हो जाती है कि भाई इनू अपना ट्रैप करके कुछ पूछना है कि नहीं पूछना। चलो वंडरफुल हुण इस तो बाद दोबारा तुहाडी कोई हुण इन्वेस्टिगेशन नहीं होनी हुण तुहानू इशू हो गया हुण कंटिन्यू रहेगा काम ऑल द वे थ्रू हुण कुछ नहीं होना। आखिर जाते जाते सुखबंध बारे की तुहाडे विचार है की ओपिनियन तुहाडे सुखबंध बारे? ਮੈਨੂੰ ਤਾਂ ਸਰ ਇਦਾਂ ਲੱਗਦਾ ਥੋੜੀ ਦੇਰ ਨੂੰ ਇਮੀਗ੍ਰੇਸ਼ਨ ਨੇ ਹੀ ਉਹਨਾਂ ਨੂੰ ਖਿੱਚ ਲੈਣਾ ਹੈ ਕਿ ਵੀ ਇਹਨੂੰ ਆਪਾਂ ਆਫੀਸਰ ਬਣਾਈਏ। ਜੀ, ਉਹ ਬਣੇਗਾ ਆਫਿਸਰ, ਬਣੇਗਾ ਕਿਸੇ ਦਿਨ, ਅਗਰ ਜੇ ਬਣਨਾ ਚਾਹੇ ਤਾਂ ਬਣ ਵੀ ਸਕਦਾ ਹੈ। ਹਾਂਜੀ ਇਮੀਗ੍ਰੇਸ਼ਨ ਆਫੀਸਰ ਹੀ ਬਣ ਜਾਏਗਾ ਕਿਉਂਕਿ ਉਹਨਾਂ ਦੀ ਜਿਹੜੀ ਹੈ ਵੀ ਆਪਣੀ ਕਿ ਇੱਕ ਜਿਸ ਹਿਸਾਬ ਨਾਲ ਸੁਖਮਨ ਭਾਜੀ ਨੇ ਫਾਈਲ ਮੇਰੀ ਦੇਖੀ ਨਾ ਉਹਨਾਂ ਨੇ ਜਿਹੜੀਆਂ ਗਲਤੀਆਂ ਕੱਢੀਆਂ ਮੈਂ ਸ਼ੌਕ ਹੋ ਗਿਆ ਬਿਲਕੁਲ ਹੀ। ਮੈਂ ਕਿਹਾ ਹੈ ਇਹ ਗਲਤੀਆਂ ਨੇ, ਕਹਿੰਦੇ ਜੀ ਹਾਂਜੀ ਇਹ ਤੁਹਾਡੀ ਫਾਈਲ ਦੇ ਵਿੱਚ ਗਲਤੀਆਂ ਨੇ ਇਹ। ਮੈਂ ਹੈਰਾਨ ਹੋ ਗਿਆ ਦੇ ਸੁਣ ਕੇ, ਮੈਂ ਕਿਹਾ ਯਾਰ ਜਿਹੜੇ ਪਹਿਲਾਂ ਦੋ ਬੰਦਿਆਂ ਨੇ ਲਗਾਈਆਂ ਇੱਕ ਚਲੋ ਬਾਹਰ ਲਗਾਈ ਵੱਖਰੀ ਠੀਕ ਹੈ ਜੀ ਜੋ ਗੋਰਿਆਂ ਨੇ ਲਗਾਈ, ਮੈਂ ਕਿਹਾ ਚਲੋ ਉਹਨਾਂ ਦੀ ਆਪਾਂ ਮੰਨਦੇ ਵੀ ਨਹੀਂ ਉਹਨਾਂ ਨੇ ਫੋਕਸ ਕੀਤਾ ਇਹਨਾਂ ਚੀਜ਼ਾਂ ਤੇ, ਤੇ ਪਰ ਜਿਹੜੀ ਆਪਣੇ ਪੰਜਾਬ ਦੇ ਬੰਦੇ ਨੇ ਲਗਾਈ ਉਹਦਾ ਨਾਮ ਚੱਲਦਾ ਠੀਕ ਹੈ ਜੀ, ਉਹਨੇ ਵੀ ਇਸ ਚੀਜ਼ ਤੇ ਫੋਕਸ ਨਹੀਂ ਕੀਤਾ, ਉਹਦੇ ਹੱਥ ਵੀ ਨਹੀਂ ਇਹ ਗੱਲ ਆਈ। ਉਹ ਕਹਿੰਦਾ ਨਹੀਂ ਭਾਜੀ ਇਹ ਚੀਜ਼ਾਂ ਦੋਨੇ ਜਿਹੜੀਆਂ ਨੇ ਵੀ ਤੁਹਾਡੀ ਫਾਈਲ ਦੇ ਵਿੱਚ ਨੈਗੇਟਿਵ ਇੰਪੈਕਟ ਪਾਉਂਦੀਆਂ ਪਈਆਂ ਨੇ। ਜੀ, ਸੁਖਮਨ ਨੂੰ ਮੈਂ ਮਿਲਿਆ ਸੀ ਐਕਚੁਅਲੀ, ਮੇਰੇ ਖਿਆਲ ਹੈ ਕਿ ਸ਼ਾਇਦ 2 ਸਾਲ ਹੋ ਗਏ ਮੈਨੂੰ ਆਇਆ, ਇਟਸ ਬੀਨ 2 ਈਅਰਸ। 2 ਸਾਲ ਪਹਿਲਾਂ ਮੈਂ ਮਿਲਿਆ ਸੀ ਲੁਧਿਆਣੇ, ਮੇਰਾ ਸੈਮੀਨਾਰ ਹੋ ਰਿਹਾ ਸੀ ਉਸ ਟਾਈਮ ਮਿਲਿਆ ਸੀ, ਮੈਨੂੰ ਮਿਲਣ ਆਇਆ ਸੀ, ਅਤੇ ਵਿਦ ਇਨ ਦ ਫਸਟ ਮੀਟਿੰਗ ਮੈਨੂੰ ਪਤਾ ਲੱਗਿਆ ਸੀ ਇਹ ਬੰਦਾ ਕੁਛ ਕਰੇਗਾ। ਠੀਕ ਹੈ ਸੋ ਜੀ ਐਂਡ ਹੀ ਸੇ ਮਤਲਬ ਕਿ ਆਈ ਐਮ ਲੱਕੀ ਆਲਸੋ ਕਿ ਉਹ ਸਾਰੀ ਮੇਰੀ ਜੋ ਫਾਈਲਾਂ ਹੈ ਸਾਰੀ ਹੈ ਜਿਹੜੀ ਜੋ ਵੀ ਮੈਂ ਫਾਈਲਸ ਕਰਦਾ ਅਤੇ ਮੈਂ ਮਤਲਬ ਉਹਨੂੰ ਦਿੰਦਾ ਕਿ ਵੀ ਯੂ ਨੋ ਸਾਰਾ ਤਿਆਰ ਕਰੋ, ਸੋ ਉਹ ਤਿਆਰ ਕਰਕੇ ਮੈਨੂੰ ਦਿੰਦਾ ਇਸ ਤਰ੍ਹਾਂ ਟੀਮ ਵਰਕ ਚੱਲ ਰਿਹਾ ਹੈ। ਸੋ ਮੈਂ ਇਸ ਚੀਜ਼ ਨੂੰ ਹੀ ਕਹਿਣਾ ਹੈ ਕਿ ਉਹ ਐਕਸਪਰਟ ਹੈ ਜੀ ਬੰਦਾ, ਕੰਪਲੀਕੇਟਡ ਜਿੰਨੇ ਵੀ ਕੰਪਲੀਕੇਟਡ ਕੇਸ ਹੈ ਨਾ ਜੀ, ਖਰਾਬ ਹੋਏ ਵੇ ਕੇਸ ਨੇ ਜਾਂ ਉਹਨਾਂ ਦੇ ਵਿੱਚ ਸੁਖਮਨ ਭਾਜੀ ਮੈਂ ਤਾਂ ਇਹੀ ਲਾਇਆ ਬਈ ਉਹ ਐਕਸਪਰਟ ਨੇ ਠੀਕ ਹੈ ਜੀ। ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਭਾਜੀ ਜੋ ਜੋ ਮੈਂ ਕਹਿੰਦਾ ਉਹੀ ਕਰਨਾ, ਤੁਸੀਂ ਉਸ ਤੋਂ ਲੈਦਾ ਵੀ ਕੁਛ ਨਹੀਂ ਕਰਨਾ, ਜੋ ਜੋ ਮੈਂ ਕਹਿ ਰਿਹਾ ਨਾ ਉਹੀ ਕਰਨਾ। ਉਹ ਮੈਂ ਇਹ ਕਹਿੰਦਾ ਵੀ ਜਿਹੜੇ ਬੰਦਿਆਂ ਦੇ ਕੰਪਲੈਕਸ ਕੇਸ ਖਰਾਬ ਹੋ ਚੁੱਕੇ ਨੇ ਕੇਸ, ਉਹ ਇੱਕ ਵਾਰ ਜ਼ਰੂਰ ਜਿਹੜਾ ਹੈਗਾ ਉਹਨਾਂ ਨਾਲ ਉਹਨਾਂ ਨੂੰ ਦਿਖਾਉਣ ਜ਼ਰੂਰ। ਜੀ, ਹਾਂਜੀ ਚਲੋ ਮਰਜ਼ੀ ਹੈ ਲੋਕਾਂ ਦੀ, ਹੈ ਕਿ ਨਹੀਂ ਉਹਨਾਂ ਨੂੰ ਦਿਖਾਉਣਾ ਨਹੀਂ ਦਿਖਾਉਣਾ, ਪਰ ਇਹ ਜ਼ਰੂਰ ਹੈ ਕਿ ਸਾਡੇ ਕੋਲ ਜਿੰਨੇ ਵੀ ਕੇਸਿਸ ਆਏ, ਅਗਰ ਜੇ ਪੁਰਾਣੇ ਤੁਸੀਂ ਦੇਖੋ ਵੀਡੀਓਸ, ਟਿਪੀਕਲੀ ਪੁਰਾਣੇ ਜਿਹੜੇ ਵਿਗੜੇ ਹੋਏ ਕੇਸਿਸ ਜਿਹੜੇ 2 ਵਾਰ 3 ਵਾਰ 4 ਵਾਰ 5 5 6 6 ਵਾਰ ਵੀ ਰਿਫਿਊਜ਼ਲ ਹੈ, ਉਹਦੇ ਬਾਅਦ ਫਿਰ ਕਾਮਯਾਬੀ ਮਿਲੀ ਹੈ। ਇਟ ਟੇਕ ਸਮ ਟਾਈਮ ਡਿਪੈਂਡਿੰਗ ਔਨ ਕਿ ਬਿਮਾਰੀ ਕੀ ਹੈ, ਇਲਾਜ ਨੂੰ ਥੋੜ੍ਹਾ ਟਾਈਮ ਲੱਗਦਾ, ਲੇਕਿਨ ਆਈ ਥਿੰਕ ਵੀ ਡੂ ਇਟ ਵੈਰੀ ਗੁੱਡ। ਬਾਕੀ ਉਹ ਸੁਖਮਨ ਨੇ ਕਾਫੀ ਸਾਰੇ, ਇੱਕ ਥੋੜ੍ਹਾ ਜਿਹਾ ਫਰਕ ਇਹ ਵੀ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਤੁਸੀਂ ਹੁਣ ਮੋਂਟਰੀਅਲ ਜੇ ਕਿਸੇ ਵੀ ਇਮੀਗ੍ਰੇਸ਼ਨ ਲਾਅਰ ਕੋਲ ਚਲੇ ਜਾਓ, ਭਾਵੇਂ ਗੋਰਾ ਹੈ ਕਾਲਾ ਹੈ ਕੋਈ ਇੰਡੀਅਨ ਹੈ ਪੰਜਾਬੀ ਕੋਈ ਵੀ ਹੈ, ਕਿਸੇ ਕੋਲ ਵੀ ਚਲੇ ਜਾਓ ਇਮੀਗ੍ਰੇਸ਼ਨ ਲਾਅਰ ਕੋਲ, ਪਹਿਲੀ ਗੱਲ ਇਮੀਗ੍ਰੇਸ਼ਨ ਲਾਅਰ ਤੁਹਾਡੇ ਨਾਲ ਇੰਨੀ ਗੱਲ ਕਰਦੇ ਹੀ ਨਹੀਂ ਹੈ। ਹਾਂਜੀ ਬਿਲਕੁਲ ਜੀ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ, ਮੇਰੇ ਖਿਆਲ ਹੈ ਕਿ 2 3 ਮਿੰਟ 5 ਮਿੰਟ ਤੱਕ ਜਦ ਤੱਕ ਉਹਨਾਂ ਨੇ ਤੁਹਾਡੇ ਤੋਂ ਪੈਸੇ ਨਹੀਂ ਕਢਵਾ ਲਏ ਤਦ ਤੱਕ ਉਹ ਗੱਲ ਨਹੀਂ ਕਰਦੇ, ਨੰਬਰ 1। ਉਹਦੇ ਹਾਂਜੀ ਬਾਅਦ ਫਿਰ ਤੁਹਾਡਾ ਕੇਸ ਨੋਰਮਲੀ ਕੋਈ ਨਾ ਕੋਈ ਅਸਿਸਟੈਂਟ ਟਾਈਪ ਕਰੇਗਾ, ਜਿਹੜੀ ਕੁੜੀਆਂ ਬਿਠਾਈ ਉਹਨਾਂ ਨੇ ਟਾਈਪ ਕਰਕੇ ਉਹਨਾਂ ਨੂੰ ਕਹਾਂ ਉਹਨੂੰ ਕਰ ਦੇਣਾ ਕਿ ਵੀ ਹੋ ਗਿਆ ਸਬਮਿਟ। ਉਹਦੇ ਬਾਅਦ ਮਜਾ ਲੈ ਕੇ ਉਹਨਾਂ ਨੇ ਤੁਹਾਡੇ ਫੋਨ ਕਾਲ ਲੈ ਕੇ ਤੁਹਾਡੇ ਨਾਲ ਕੋਈ ਗੱਲਬਾਤ ਕਰ ਲਈ ਕੁਛ ਕਰ ਲਈ, ਇਟ ਇਜ਼ ਪੋਸੀਬਲ ਹੀ ਨਹੀਂ ਹੈ, ਉਹਨਾਂ ਕੋਲ ਟਾਈਮ ਨਹੀਂ ਹੈ। ਦੂਸਰਾ ਉਹਨਾਂ 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 ਕੋਲ ਇੰਨਾ ਇੰਨੀ ਸਾਰੀ ਐਪਲੀਕੇਸ਼ਨ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਦੇਖੀ ਨਹੀਂ ਹੈ। ਸਾਡੇ ਕੋਲ ਤਾਂ ਜਿਹੜਾ ਜਿਹੜਾ ਕੇਸ ਲੋਡ ਹੈ, ਮੇਰਾ ਖਿਆਲ ਹੈ ਕਿ ਮੈਂ ਤਾਂ ਕਦੇ ਕਾਊਂਟ ਨਹੀਂ ਕੀਤਾ, ਮੇਰੇ ਕੋਲ 1000 ਤੋਂ ਜ਼ਿਆਦਾ ਕੇਸਿਸ, ਅਤੇ ਅਸੀਂ ਸਿਰਫ ਸਪਾਊਸ ਵੀਜ਼ਾ ਦੀ ਗੱਲ ਕਰ ਰਿਹਾ, ਬਾਕੀ ਦੇ ਬਾਕੀ ਐਕਸਪ੍ਰੈਸ ਐਂਟਰੀ ਬਾਕੀ ਉਹਦੇ ਵਰਕ ਪਰਮਿਟ ਦੀ ਨਹੀਂ, ਸਿਰਫ ਸਪਾਊਸ ਵੀਜ਼ਾ ਦੀ ਘੱਟ ਤੋਂ ਘੱਟ 1000 ਕੇਸਿਸ ਤੋਂ ਜ਼ਿਆਦਾ ਅਸੀਂ ਕੇਸ ਨੂੰ ਇੱਕ ਉਹ ਕਰ ਚੁੱਕੇ ਹਾਂ, ਦਾ ਪੂਰੇ ਐਕਸਰੇ ਕਰ ਚੁੱਕੇ ਹਾਂ ਕਿ ਇਸ ਕੇਸ ਵਿੱਚ ਕੀ ਹੋ ਰਿਹਾ, ਉਸ ਕੇਸ ਵਿੱਚ ਕੀ ਹੋ ਰਿਹਾ। ਸੋ ਇਸ ਕਰਕੇ ਜ਼ਿਆਦਾ ਜਿੰਨੀ ਜ਼ਿਆਦਾ ਇਨਸਾਨ ਉਹ ਜ਼ਿਆਦਾ ਪ੍ਰੈਕਟਿਸ ਕਰੇਗਾ ਉਨਾ ਜ਼ਿਆਦਾ ਉਹ ਫਿਰ ਮਾਹਿਰ ਹੋ ਜਾਂਦਾ, ਬਸ ਇਹ ਫਰਕ ਹੈ, ਹੋਰ ਬਾਕੀ ਕੋਈ ਖਾਸ ਨਹੀਂ। ਅਗਲਾ ਤਾਂ ਉਹਦਾ ਇੰਟਰਸਟ ਵੀ ਹੈ। ਇੱਕ ਉਹਨਾਂ ਦੀ ਹਾਂਜੀ ਸੁਖਮਨ ਭਾਜੀ ਦਾ ਇੰਟਰਸਟ ਵੀ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਨੰਬਰ 2 ਤੇ ਜਿਹੜੀ ਗੱਲ ਚੰਗੀ ਲੱਗੀ ਉਹ ਇਹ ਲੱਗੀ ਕਿ ਉਹਨਾਂ ਨੂੰ ਜਦੋਂ ਫੋਨ ਕੀਤਾ ਉਹਨਾਂ ਨੇ ਚੱਕਿਆ ਠੀਕ ਹੈ ਜੀ, ਜੇ ਨਹੀਂ ਚੱਕਿਆ ਉਹਨਾਂ ਨੇ ਬੈਕ ਕਾਲ ਕੀਤੀ। ਜੀ ਕੋਈ ਇੰਨਾ ਬੋਦਰ ਨਹੀਂ ਕਰਦਾ ਜੀ ਕਿਸੇ ਨੂੰ ਵੀ ਲੈ ਕੇ। ਅੱਛਾ ਇੱਕ ਨੰਬਰ 2 ਤੇ ਜਿਹੜੀ ਵੱਡੀ ਗੱਲ, ਉਹ ਭਾਜੀ ਕੈਨੇਡਾ ਤੇ ਮੈਂ ਇੰਡੀਆ ਬੈਠਾ ਜੀ, ਠੀਕ ਹੈ ਜੀ, ਕੌਣ ਕਿਸੇ ਨੂੰ ਇੰਨਾ ਬੋਦਰ ਕਰਦਾ। ਉਹਨਾਂ ਨੇ ਮੈਂ ਫੋਨ ਕਰਦਾ ਸੀ ਜੇ ਭਾਜੀ ਅਵੇਲੇਬਲ ਸੀ ਚੱਕ ਲੈਂਦੇ ਸੀ, ਉਦੋਂ ਹੀ ਨਹੀਂ ਤਾਂ ਉਹ ਬੈਕ ਕਾਲ ਮੈਨੂੰ ਕਰਦੇ ਸੀ ਤੇ ਮੈਨੂੰ। ਅੱਛਾ ਫਿਰ ਇਹ ਸੀ ਕੋਈ ਐਟੀਟਿਊਡ ਨਹੀਂ ਕੋਈ ਕੁਛ ਨਹੀਂ, ਬੜੀ ਵਧੀਆ ਮੇਰੇ ਨਾਲ ਸਾਰੀਆਂ ਗੱਲਾਂ ਖੋਲ ਕੇ ਕਰਨੀਆਂ, ਅੱਧਾ ਘੰਟਾ ਲੱਗ ਜੇ ਚਾਹੇ 1 ਘੰਟਾ ਲੱਗ ਜੇ, ਉਹ ਪੂਰੀ ਡਿਟੇਲ ਨਾਲ ਗੱਲ ਕਰਦੇ ਸੀ ਮੇਰੇ ਨਾਲ। ਜੀ, ਆਈ ਥਿੰਕ ਹੀ ਇਜ਼ ਅ ਸਟਾਰ। ਆਈ ਥਿੰਕ ਮੈਂ ਮੈਂ ਨਹੀਂ ਮੈਂ ਮੈਂ
मैंने ओनू मतलब के ओनू विश करांगे कि तू जाके इमिग्रेशन महकमे की नौकरी कर ले, तो सो साडा काम रुकिया जाना इथे। जी बाकी बाकी होपफुली ही विल डू ग्रेट थिंग्स इन इमिग्रेशन, होपफुली आई थिंक इज अ ग्रेट सक्सेसर। सो बाकी चलो, थैंक यू विक्रम, बहुत खुशी हुई मिलके। सो आई विश यू बेस्ट ऑफ लक इन कैनेडा इन क्यूबेक, थैंक ते यू। कदे कोई अगर मौका होया जिंदगी दा, कोई अगर संजोग बनया ते जरूर आके ताडे दर्शन भी होणगे मॉन्ट्रियल आके, नहीं ते वी आर इन अल्बर्टा इस वक्त, सुखमन भी अल्बर्टा आया होया है। मैं सो जरूर सर, मैं जरूर मिलूंगा जी, सुमन भाजी नूं भी मिलूंगा, थोनूं भी मिलूंगा। जी, जिहड़े बंदे ने मैनूं इत्थे तक जोर जिहड़ा बंदा मैनूं इत्थे तक लै के आया जी, इन्ना तो बनदा ही है जी एटलीस्ट। हां जी। पर वो जी थोड़ा इस तरह है ना कि कोविड है, दूर है मॉन्ट्रियल, तो आना जाना भी थोड़ा सा, एटलीस्ट मॉन्ट्रियल तो एल्बर्टा दी फ्लाइट ही एटलीस्ट मेरे ख्याल 5-6 घंटे लगनी है, लगनी है मिनिमम, यू नो हाँ डिपेंडिंग जी ऑन हाँ हाउ। जी हाँ जी या सो बाकी चलो, संजोगा दी गल है, इतनी दूर पहुंच गए थे, अगे हुन अगे मिलन भी होएगा, अगे फिर मीटिंग होएगी। ठीक है, जी थैंक यू सर, वेरी मच, थैंक कांग्रेचुलेशंस टू यू एंड योर वाइफ। थैंक थैंक यू, यू सर। थैंक यू, टेक केयर।